ਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਸ਼ੈਲੀ ਦਿੱਤਾ ਦੀ ਪਿਆਰ ਭਰੀ ਨਮਸਤੇ ਸਤਿ ਸ਼੍ਰੀ ਅਕਾਲ ਵੈਲਕਮ ਟੂ ਸਾਂਝ ਦਿਲਾਂ ਦੀ ਸਾਰਿਆਂ ਦੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਲਓ ਜੀ ਨਵਾਂ ਦਿਨ ਨਵੀਆਂ ਗੱਲਾਂ ਅਤੇ ਦਿਨ ਵੀਰਵਾਰ ਵੈਸੇ ਤੁਸੀਂ ਇੰਤਜ਼ਾਰ ਕਰੇ ਹੋਗੇ ਕਿ ਅੱਜ ਸ਼ੈਰੀ ਦਾ ਜਿਹੜਾ ਵਿਸ਼ੇ ਹੈ ਉਹ ਕੀ ਹੋਏਗਾ ਜਾਂ ਫਿਰ ਕੋਈ ਗੈਸਟ ਹੋਣਗੇ ਜਾਂ ਫਿਰ ਕਿਸੇ ਹੋਰ ਬਾਰੇ ਗੱਲ ਕਰਾਂਗੇ ਵੈਸੇ ਨਾ ਬੜੀ ਮਜ਼ੇਦਾਰ ਗੱਲ ਹੈ ਮੈਂ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਰੋਜ਼ਮਰ੍ਹਾ ਦੀਆਂ ਗੱਲਾਂ ਹੁੰਦੀਆਂ ਨੇ ਹੈ ਨਾ ਜ਼ਿੰਦਗੀ ਦੀਆਂ ਬੜੀ ਨਾ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ ਕੰਮ ਕਰਦੇ ਕਰਦੇ ਹੋਰ ਘਰ ਦੇ ਕੰਮ ਯਾਦ ਆ ਗਏ ਅਤੇ ਉਸ ਤੋਂ ਬਾਅਦ ਮੈਂ ਕਿਹਾ ਹਾਏ ਗੁਆਂਢੀ ਨਾ ਬੜਾ ਵਧੀਆ ਖਾਣਾ ਬਣਾ ਰਹੇ ਹੈਗੇ ਆ ਮੈਂ ਕਿਹਾ ਵਾਹ ਵਾਹ ਗੁਆਂਢੀ ਤਾਂ ਗਾਏ ਨਹੀਂ ਹੈਗੇ ਆ ਐਨੀਵੇ ਥੱਲੇ ਆ ਕੇ ਪਤਾ ਚੱਲਿਆ ਕਿ ਜਿਹੜਾ ਆਪਣਾ ਖਾਣਾ ਰੱਖਿਆ ਸੀਗਾ ਉਹ ਸਾਰਾ ਸੜ ਗਿਆ ਅਤੇ ਉਹ ਆਪਣੀ ਕਿਚਨ ਤੋਂ ਸਮੈਲ ਆ ਰਹੀ ਸੀਗੀ ਐਨੀਵੇ ਜ਼ਿੰਦਗੀ ਚੱਲਦੀ ਰਹੇਗੀ ਚੱਲਦੀ ਹੋਈ ਜ਼ਿੰਦਗੀ ਦੇ ਵਿੱਚ ਹਰ ਦਿਨ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੁਝ ਨਾ ਕੁਝ ਵੱਖਰਾ ਕਰੀਏ ਕੁਝ ਨਾ ਕੁਝ ਨਵਾਂ ਕਰੀਏ ਉਸ ਦੇ ਲਈ ਕਈ ਵਾਰ ਉਮਰ ਦੇ ਉਸ ਮੁਕਾਮ 'ਤੇ ਪਹੁੰਚ ਕੇ ਸਾਨੂੰ ਮੰਜ਼ਿਲ ਮਿਲ ਜਾਂਦੀ ਹੈ ਜਾਂ ਅਸੀਂ ਇੱਕ ਭਟਕਦੇ ਰਹਿੰਦੇ ਕਿ ਅਸੀਂ ਕਿਸੇ ਮੁਕਾਮ 'ਤੇ ਪਹੁੰਚਣਾ ਹੈਗਾ ਉਹ ਮੰਜ਼ਿਲ ਕੀ ਹੈ ਉਸਦੀ ਉਸਦਾ ਰਸਤਾ ਕੀ ਹੈਗਾ ਉੱਥੇ ਤੱਕ ਕਿਵੇਂ ਪਹੁੰਚਿਆ ਜਾਏ ਇਹ ਸਭ ਗੱਲਾਂ ਹਰੇਕ ਦੇ ਮਨ ਦੇ ਵਿੱਚ ਆਉਂਦੀਆਂ ਨੇ ਕਈ ਭੈਣਾਂ ਕਈ ਸਾਡੇ ਪ੍ਰੋਗਰਾਮ ਵੇਖ ਰਹੇ ਨੇ ਜਿਹੜੇ ਭਰਾ ਕਈ ਫੈਮਲੀਜ਼ ਇਸ ਵਕਤ ਬੈਠੀਆਂ ਹੋਣਗੀਆਂ ਜਿਨ੍ਹਾਂ ਦੇ ਮਨ ਦੇ ਵਿੱਚ ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਹੀ ਖੁਆਇਸ਼ਾਂ ਹੋਣੀਆਂ ਨੇ ਅਸੀਂ ਕੁਝ ਕਰੀਏ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਜਦੋਂ ਅਸੀਂ ਵਾਪਰੀਏ ਜਦੋਂ ਉਹਨਾਂ ਦੇ ਵਿੱਚ ਵਿਚਰੀਏ ਅਤੇ ਕੁਝ ਇਹੋ ਜਿਹਾ ਸਾਡੇ ਨਾਲ ਹੋਏ ਕਿ ਲੋਕ ਸਾਨੂੰ ਜਾਣਨ ਕੁਝ ਇਹੋ ਜਿਹਾ ਵਾਪਰੇ ਕਿ ਲੋਕਾਂ ਦੇ ਵਿੱਚ ਸਾਡੀ ਪਹਿਚਾਣ ਹੋਏ ਹੁਣ ਇਹ ਤਾਂ ਬੰਦੇ ਦੇ ਉੱਪਰ ਡਿਪੈਂਡ ਹੈ ਕਿ ਉਹ ਜਿਹੜੀ ਪਹਿਚਾਣ ਹੈ ਉਹ ਚੰਗੀ ਹੈ ਉਹ ਪਹਿਚਾਣ ਕਿਸ ਤਰ੍ਹਾਂ ਦੀ ਹੈ ਕਿ ਉਹ ਸਿੰਗਰ ਬਣਨਾ ਚਾਹੁੰਦਾ ਹੈ ਕਿ ਉਹ ਰਾਈਟਰ ਬਣਨਾ ਚਾਹੁੰਦਾ ਹੈ ਕਿ ਉਹ ਕੋਈ ਬਿਊਟੀਸ਼ੀਅਨ ਬਣਨਾ ਚਾਹੁੰਦਾ ਹੈ ਕਿ ਉਹ ਕੋਈ ਪੋਲੀਟੀਸ਼ੀਅਨ ਬਣਨਾ ਚਾਹੁੰਦਾ ਹੈ ਇਹ ਉਸ ਇਨਸਾਨ ਦੀ ਆਪਣੀ ਸੋਚ ਜਾਂ ਉਸਦੇ ਪਰਸਨਲ ਇੰਟਰਸਟ ਦੇ ਉੱਪਰ ਹੁੰਦਾ ਉਸਦਾ ਰੁਝਾਨ ਕਿਸ ਵੱਲ ਹੈ ਜਦੋਂ ਤੁਸੀਂ ਛੋਟੀ ਉਮਰ 'ਤੇ ਨਹੀਂ ਪਰ ਹਾਂ ਠੀਕ ਠਾਕ ਉਮਰ ਦੇ ਵਿੱਚ ਇੱਕ ਉਹ ਨਾਂ ਕਮਾ ਲੈਂਦੇ ਹੋ ਅਤੇ ਫਿਰ ਜਦੋਂ ਉਹਨਾਂ ਦੀ ਮੁਲਾਕਾਤ ਸਾਡੇ ਨਾਲ ਹੁੰਦੀ ਹੈ ਔਰ ਸਾਡੇ ਰਾਹੀਂ ਤੁਹਾਡੇ ਤੱਕ ਮੁਲਾਕਾਤ ਹੁੰਦੀ ਹੈ ਅਤੇ ਫਿਰ ਨੈਚੁਰਲੀ ਕੁਦਰਤੀ ਗੱਲ ਹੈਗੀ ਹੈ ਕਿ ਬੜਾ ਮਾਣ ਮਹਿਸੂਸ ਹੁੰਦਾ ਆਪਣੇ ਪੰਜਾਬੀ ਭੈਣ ਭਰਾਵਾਂ 'ਤੇ ਜਿਹੜੇ ਕਿ ਇਸ ਮੁਲਕ ਦੇ ਵਿੱਚ ਆ ਕੇ ਵੀ ਆਪਣੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਉਹਨਾਂ ਨੇ ਰੱਖਿਆ ਹੋਇਆ ਘਰ ਘਰ ਤੱਕ ਪਹੁੰਚਾਉਂਦੇ ਨੇ ਜੀ ਜਾਨ ਦੇ ਨਾਲ ਮਿਹਨਤ ਕਰਦੇ ਨੇ ਔਰ ਉਹਨਾਂ ਦੀ ਇੱਕ ਵੱਖਰੀ ਪਹਿਚਾਣ ਬਣੀ ਹੁੰਦੀ ਹੈ ਸੋਚ ਰਹੇ ਹੋਗੇ ਤੁਸੀਂ ਕਿ ਮੈਂ ਕਿਸ ਦੇ ਬਾਰੇ ਗੱਲ ਕਰ ਰਹੀ ਹਾਂ ਪਿਆਰੇ ਦਰਸ਼ਕੋ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਬਹੁਤ ਖਾਸ ਸਾਰੇ ਮਹਿਮਾਨ ਬੜੇ ਖਾਸ ਹੁੰਦੇ ਆ ਬਹੁਤ ਉਹਨਾਂ ਦੀ ਪਹਿਚਾਣ ਹੈਗੀ ਔਰ ਸਾਨੂੰ ਬੜਾ ਮਾਣ ਹੁੰਦਾ ਕਿ ਅਸੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਕਰਾਉਂਦੇ ਹਾਂ ਸੋ ਨਨ ਅਦਰ ਦੈਨ ਲਖਵੀਰ ਜੌਹਲ ਜੀ ਜਿਹੜੇ ਕਿ ਨਿਊਯੋਰਕ ਅਮੈਰੀਕਾ ਕੈਨੇਡਾ ਦੇ ਵਿੱਚ ਸਾਰੇ ਉਹਨਾਂ ਨੂੰ ਜਾਣਦੇ ਹੈਗੇ ਉਹਨਾਂ ਨੇ ਉਹਨਾਂ ਦੇ ਬਾਰੇ ਕੋਈ ਮੈਨੂੰ ਬਹੁਤ ਜ਼ਿਆਦਾ ਦੱਸਣ ਦੀ ਜ਼ਰੂਰਤ ਨਹੀਂ ਹੈ ਪਰ ਹਾਂ ਕੁਝ ਦਰਸ਼ਕ ਜਿਹੜੇ ਕਿ ਘਰਾਂ ਦੇ ਵਿੱਚ ਬੈਠੇ ਇਸ ਵਕਤ ਸਾਡਾ ਪ੍ਰੋਗਰਾਮ ਵੇਖ ਰਹੇ ਨੇ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਏ ਅਤੇ ਮੈਂ ਉਹਨਾਂ ਨੂੰ ਦੱਸ ਦਿਆਂ ਕਿ ਅਮਰੀਕਾ ਦੇ ਵਿੱਚ ਜੋ ਪੰਜਾਬੀ ਸਿੰਗਰਸ ਆਉਂਦੇ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਸਿੰਗਰਸ ਨੂੰ ਇੱਥੇ ਰੱਖਣਾ ਉਹਨਾਂ ਸਿੰਗਰਸ ਦੀ ਪ੍ਰਮੋਸ਼ਨ ਉਹਨਾਂ ਦੇ ਸ਼ੋਜ਼ ਉਹਨਾਂ ਨੂੰ ਵੱਖ ਵੱਖ ਥਾਵਾਂ 'ਤੇ ਉਹਨਾਂ ਦੀ ਸਾਰੀ ਟੇਕ ਕੇਅਰ ਕਰਨਾ ਔਰ ਇੱਕ ਬਹੁਤ ਸਟ੍ਰੈਸ ਹੁੰਦਾ ਦਿਮਾਗ ਦੇ ਵਿੱਚ ਉਹ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਮੋਢਿਆਂ 'ਤੇ ਹੈਗੀ ਹੈ ਸੋ ਉਹ ਕੌਣ ਨੇ ਉਹਨਾਂ ਦੀ ਕੀ ਸੋਚ ਸੀਗੀ ਕਿਵੇਂ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਦਾ ਕੀ ਕੰਪਨੀ ਦਾ ਨਾਂ ਹੈਗਾ ਕੰਪਨੀ ਕਿਵੇਂ ਸ਼ੁਰੂ ਹੋਈ ਮੈਂ ਕੀ ਦੱਸ ਸਕਦੀ ਹਾਂ ਕੁਝ ਗਲਤ ਨਾ ਦੱਸਿਆ ਜਾਏ ਕੁਝ ਥੋੜ੍ਹਾ ਨਾ ਦੱਸਿਆ ਜਾਏ ਮੁਲਾਕਾਤ ਕਰਦੇ ਹਾਂ ਲਖਵੀਰ ਜੌਹਲ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੈਰੀ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਗਿਰ ਪੰਜਾਬੀ ਦੇ ਪੰਜਾਬੀ ਸਰੋਤਿਆਂ ਨੂੰ ਪਿਆਰ ਭਰੇ ਲਖਵੀਰ ਜੌਹਲ ਵੱਲੋਂ ਅਤੇ ਪੰਜਾਬੀ ਵਿਰਸੇ ਦੀ ਪੂਰੀ ਟੀਮ ਵੱਲੋਂ ਮੇਰੇ ਪਾਰਟਨਰ ਸਨੀ ਹੀਰ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਲਖਵੀਰ ਜੀ ਸਟੂਡੀਓ ਆਇਓ ਥੈਂਕ ਯੂ ਵਿਰਸਾ ਟੂਰ ਦੀ ਗੱਲ ਹੋ ਰਹੀ ਹੈ ਹਾਂਜੀ ਵਿਰਸਾ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਰਿਆਂ ਦੇ ਵਿੱਚ ਜਦੋਂ ਵੀ ਵਿਰਸਾ ਟੂਰ ਦੀ ਗੱਲ ਹੁੰਦੀ ਹੈ ਪੰਜਾਬੀ ਸੱਭਿਆਚਾਰ ਤਿੰਨੋਂ ਬ੍ਰਦਰਸ ਠੀਕ ਹੈ ਉਹ ਇੱਕ ਪਿਕਚਰ ਸਾਹਮਣੇ ਆ ਜਾਂਦੀ ਹੈ ਨਾ ਜਦੋਂ ਵਿਰਸਾ ਮਤਲਬ ਜਦੋਂ ਕੋਈ ਵੀ ਬੰਦਾ ਵਿਰਸਾ ਗੱਲ ਕਰਦੇ ਤਾਂ ਆਟੋਮੈਟਿਕ ਮਨਮੋਹਨ ਵਾਰਸ ਕਮਲਹੀਰ ਸਿੰਘ ਤਾਰ ਲੋਕਾਂ ਨੂੰ ਨਜ਼ਰ ਚ ਆ ਜਾਂਦੇ ਨੇ ਐਬਸੋਲੂਟਲੀ ਦੇ ਡੂਇੰਗ ਵਿਰਸਾ ਸਿੰਸ 2004 ਜੀ ਸੋ ਵਿਰਸੇ ਨੂੰ ਸੰਭਾਲਿਆ ਔਰ ਵਿਰਸੇ ਨੂੰ ਲੋਕਾਂ ਨੇ ਪਿਆਰ ਕੀਤਾ ਤਾਂ ਇੱਕ ਲੋਗੋ ਬਣ ਜਾਂਦਾ ਇੱਕ ਕੰਪਨੀ ਦਾ ਲੋਗੋ ਹੁੰਦਾ ਨਾ ਜੀ ਜੌਹਲ ਸਾਹਿਬ ਰਾਜਵੀਰ ਐਂਟਰਟੇਨਮੈਂਟ ਹਾਂਜੀ ਤੁਹਾਡੀ ਕੰਪਨੀ ਹੈਗੀ ਹੈ ਜਿਸ ਦੇ ਰਾਹੀਂ ਤੁਸੀਂ ਬਹੁਤ ਸਿੰਗਰਸ ਨੂੰ ਮੈਂ ਕਹਿੰਦੀ ਹਾਂ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਆਪਾਂ ਘਰ ਦੇ ਵਿੱਚ ਗਾਈਏ ਜੇ ਕਿਸੇ ਨੂੰ ਨਹੀਂ ਪਤਾ ਕੋਈ ਅੱਗੇ ਹੱਥ ਫੜ ਕੇ ਅੱਗੇ ਨਹੀਂ ਲੈ ਕੇ ਜਾਏਗਾ ਤੇ ਉਹ ਗਾਇਕੀ ਦਾ ਵੀ
ਲੋਕਾਂ ਨੂੰ ਮੁੱਲ ਨਹੀਂ ਪਏਗਾ ਸੋ ਇਸ ਕਰਕੇ ਬਹੁਤ ਕ੍ਰੈਡਿਟ ਤੁਹਾਨੂੰ ਜਾਂਦਾ ਹੈਗਾ ਕਿ ਤੁਸੀਂ ਉਹਨਾਂ ਨੂੰ ਸਾਰੇ ਦਰਸ਼ਕਾਂ ਤੱਕ ਇੱਥੇ ਪਹੁੰਚਾਉਂਦੇ ਹੈਗੇ ਹੋ ਵਿਰਸੇ ਨੂੰ ਪਹੁੰਚਾਉਂਦੇ ਹੈਗੇ ਹੋ ਔਰ ਜਿਵੇਂ ਕਿ ਮੈਂ ਗੱਲ ਕਰ ਰਹੀ ਸੀ ਕਿ ਵਾਕਈ ਸਟ੍ਰੈਸ ਹੁੰਦਾ ਹਾਂਜੀ 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 ਇਹ ਆਸਾਨ ਨਹੀਂ ਹੈ ਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਐਵਰੀ ਈਅਰ ਤੁਸੀਂ ਫਿਰ ਚੱਕਣ ਵਾਸਤੇ ਖੁਸ਼ੀ ਖੁਸ਼ੀ ਤਿਆਰ ਹੋ ਜਾਂਦੇ ਹੋ ਨਹੀਂ ਸਟ੍ਰੈਸ ਹੁੰਦਾ ਵਾ ਕਿ ਵੀ ਜਦੋਂ ਤੁਸੀਂ ਅਣਜਾਣ ਹੁੰਦੇ ਕਿਸੇ ਕੰਮ 'ਚ ਨਾ ਪਹਿਲੇ ਸਟੈਪ ਜਿਹੜੇ ਹੁੰਦੇ ਆ ਕਿ ਹਾਂਜੀ ਜਦੋਂ ਮਤਲਬ ਮਾਣਕ ਸਾਹਿਬ ਕੁਲੀ ਮਾਣਕ ਸਾਹਿਬ ਕਲੀਆਂ ਦੇ ਬਾਦਸ਼ਾਹ ਉਹ ਹਮੇਸ਼ਾ ਇਹ ਗਾਉਂਦੇ ਹੁੰਦੇ ਸੀ ਗੱਲ ਕਰਦੇ ਹੁੰਦੇ ਸਟੇਜ ਦੇ ਉੱਤੇ ਕਿ ਵੀ ਟਿੱਬੇ ਦੇ ਉੱਤੇ ਗੱਡਾ ਚੜਾਉਣਾ ਔਖਾ ਹੁੰਦਾ ਪਰ ਜਦੋਂ ਗੱਡਾ ਚੜ ਜਾਂਦਾ ਫਿਰ ਉਹ ਲੀਹਾਂ ਪੈ ਜਾਂਦੀਆਂ ਉਹਦੇ 'ਤੇ ਆਸਾਨ ਹੋ ਜਾਂਦਾ ਪਿੱਛੇ ਉਤਰਨਾ ਸੋ ਮੇਰੇ ਲਈ ਗੱਡਾ ਇਹ ਚੜਿਆ ਹੋਇਆ ਸੀਗਾ ਮੇਰੀ ਫੈਮਿਲੀ 'ਚ ਸੋ ਉਹ ਗੱਡਾ ਚੜਿਆ ਸੀ ਮੈਂ ਤਾਂ ਫੈਮਿਲੀ ਬਾਰੇ ਦੱਸੋ ਕੁਝ ਕਿਸ ਤਰ੍ਹਾਂ ਜ਼ਰੂਰ ਫੈਮਿਲੀ ਬਾਰੇ ਮੇਰੇ ਕਿਉਂਕਿ ਜੋਲ ਸਾਹਿਬ ਮਨਮੋਹਨ ਵਾਰਿਸ ਕਮਲ ਹੀਰ ਸੰਤਾਰ ਜੀ ਨੂੰ ਸਾਰੇ ਜਾਣਦੇ ਹੈਗੇ ਆ ਜਦੋਂ ਅਸੀਂ ਉਹਨਾਂ ਦੀ ਮੁਲਾਕਾਤ ਕਰਾਵਾਂਗੇ ਤੇ ਉਹਨਾਂ ਦੇ ਗਾਣੇ ਚਲਾਵਾਂਗੇ ਤੇ ਉਹ ਸਾਰਿਆਂ ਨੂੰ ਪਤਾ ਹੈ ਬਟ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਐਜ਼ ਐਨ ਇੰਡੀਵਿਜੂਅਲ ਸਾਨੂੰ ਆਪਣੇ ਬਾਰੇ ਦੱਸੋ ਇੰਡੀਵਿਜੂਅਲੀ ਮੈਂ ਤੁਹਾਨੂੰ ਕੋਇੰਸੀਡੈਂਟ ਦੱਸਦਾ ਮੈਂ ਬੰਬੇ ਪੜ੍ਹਦਾ ਹੁੰਦਾ ਸੀ ਮਾਈ ਫਾਦਰ ਵਾਸ ਟਰੱਕਿੰਗ ਸਾਡਾ ਬਿਜ਼ਨਸ ਸੀਗਾ ਠੀਕ ਹੈ ਤੇ ਜਦੋਂ ਇੰਦਰਾ ਗਾਂਧੀ ਦੀ ਡੈਥ ਹੋਈ ਤਾਂ ਸਿੱਖਾਂ ਨਾਲ ਸਾਰਿਆਂ ਨੂੰ ਪਤਾ ਕੀ ਹੋਇਆ ਤੇ ਮੈਂ ਇਕੱਲਾ ਇਕੱਲਾ ਹੀ ਬੇਟਾ ਸੀਗਾ ਮੇਰੀ ਦਾਦੀ ਕਹਿੰਦੀ ਵੀ ਖਸਮਾਂ ਨੂੰ ਖਾਏ ਪੜ੍ਹਾਈ ਸਾਨੂੰ ਨਹੀਂ ਚਾਹੀਦੀ ਪੜ੍ਹਾਈ ਮੁੰਡੇ ਦੀ ਪੁੱਤੇ ਦੀ ਬੇਟਾ ਵਾਪਸ ਲੈ ਕੇ ਉਹ ਪੜ੍ਹੂ ਪੜ੍ਹੂ ਨਹੀਂ ਕਰਦੀ ਜ਼ਮੀਨ ਹੈਗੀ ਆ ਖੇਤੀ ਕਰਨੀ ਹੈ ਸੋ ਦੇ ਬਰੋਡ ਮੀ ਬੈਕ ਇੰਡੀਆ ਤੇ ਮੈਂ ਛੋਟਾ ਸੀ ਅੰਗਰੇਜ਼ੀ ਤੇ ਹਿੰਦੀ ਬੋਲਦਾ ਹੁੰਦਾ ਕਿ ਬੰਬੇ 'ਚ ਪੰਜਾਬੀ ਬਿਲਕੁਲ ਨਹੀਂ ਸੀਗੀ ਉਹ ਅੱਛਾ ਕਿੰਨੇ ਸਾਲ ਤੱਕ ਹੁਣ ਉਮਰ ਤੁਸੀਂ ਪੁੱਛ ਲਓਗੇ ਸੈਵਨਟੀ ਵੈਸੇ ਮੈਂ ਪ੍ਰੋਗਰਾਮ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀ ਮੈਂ ਇਨਡਾਇਰੈਕਟਲੀ ਕਹਿਤਾ ਸੀਗਾ ਕਿ ਬਹੁਤ ਜ਼ਿਆਦਾ ਉਮਰ ਨਹੀਂ ਹੈਗੀ ਆ ਓਕੇ ਹਾਂਜੀ 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 ਨਹੀਂ ਉਹ ਸੋ ਮੈਂ ਜਦੋਂ ਬੰਬੇ ਤੋਂ ਵਾਪਸ ਆਇਆ ਜੀ ਤਾਂ ਮੇਰੇ ਚਾਚਾ ਜੀ ਕੈਲੀਫੋਰਨੀਆ ਰਹਿੰਦੇ ਦਿਲਜੀਤ ਜੋਲ ਜੀ ਤੇ ਇੱਧਰ ਬਲਜੀਤ ਜੋਲ ਜੀ ਨਿਊਯਾਰਕ ਰਹਿੰਦੇ ਹੁੰਦੇ ਸੀ ਉਹ ਤੇ ਟੀਵੀ ਚੈਨਲ ਹੁੰਦਾ ਸੀ ਪੰਜਾਬੀ ਦਾ ਜਿਹੜਾ ਪਹਿਲਾ ਅੱਛਾ ਜੀ ਹੈਨਾ ਕਿਹੜੇ ਸਾਲ ਦੀ ਗੱਲ ਹੈ ਇਹ 92-93 ਦੀ ਗੱਲ ਹੈਗੀ ਉਦੋਂ ਦੀ ਟੀਵੀ ਦਾ ਨਾਮ ਸੀ ਮਹਿਕ ਪ੍ਰੋਗਰਾਮ ਸੀ ਮਹਿਕ ਪੰਜਾਬ ਮਹਿਕ ਪੰਜਾਬ ਦੀ ਪੀਪਲ ਨੋ ਜਿਹੜੇ ਪੁਰਾਣੇ ਨੇ ਸਾਰੇ ਜ਼ਰੂਰ ਜਾਣਦੇ ਮਹਿਕ ਪੰਜਾਬ ਦੀ ਬਲਜੀਤ ਸਿੰਘ ਜੋਲ ਦਲਜੀਤ ਸਿੰਘ ਜੋਲ ਇੰਡੀਆ ਵਿੱਚ ਹੈਂਡਲ ਕਰਦੇ ਹੁੰਦੇ ਮੈਂ ਤੇ ਚਾਚਾ ਜੀ ਅਸੀਂ ਚੰਡੀਗੜ੍ਹ ਜਾਈਏ ਸਿੰਗਰਸ ਨਾਲ ਮੀਟਿੰਗ ਸੀ ਤੇ ਉਹਨਾਂ ਨੇ ਦਰਦਾਰ ਸਾਹਿਬ ਦੇ ਗਾਣੇ ਲਾਏ ਹੋਏ ਅੱਛਾ ਤੇ ਦਰਦਾਰ ਸਾਹਿਬ ਦਾ ਗਾਣਾ ਚੱਲਦਾ ਸੀ ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਤੂਰ ਉਹ ਗਾਣੇ ਦਾ ਮੈਨੂੰ ਸਮਝ ਨਹੀਂ ਸੀ ਆ ਰਹੀ ਮੈਂ ਪੰਜਾਬੀ ਗਾਣੇ ਨਹੀਂ ਸੀ ਸੁਣਦਾ ਸ਼ਾਇਦ ਮੈਨੂੰ ਉਸ ਟਾਈਮ ਤੇ ਮੈਨੂੰ ਵੀ ਨਾ ਆਉਂਦੀ ਸੀ ਹਾਂਜੀ ਸੋ ਮੈਂ ਉਹਨਾਂ ਨੂੰ ਪੁੱਛਿਆ ਮੈਂ ਬੱਚਾ ਇੱਕ ਮੌਨ ਹਿੰਦੀ ਗਾਓ ਇਹਨਾਂ ਨੂੰ ਕਿਹੜਾ ਗਾਉਣਾ ਇਦਾਂ ਹੀ ਹੁੰਦਾ ਸੀਗਾ ਹਾਂਜੀ ਲਾਈਕ ਕੀ ਗਾਈ ਜਾਂਦੇ ਆ ਤੇ ਉਹਨਾਂ ਨੇ ਫਿਰ ਮੈਨੂੰ ਸੋ ਦੈਨ ਆ ਸਟਾਰਟ ਤੁਸੀਂ ਉਸ ਦੀ ਡੂੰਘਾਈ ਨੂੰ ਉਸ ਵਕਤ ਸਮਝ ਲਿਆ ਉਸ ਪਾਸੇ ਤੁਰੇ ਸਮਝਿਆ ਤਾਂ ਫਿਰ ਮਾਨਕ ਸਾਹਿਬ ਮੇਰੇ ਫਾਦਰ ਦੇ ਫਿਰ ਤੁਹਾਨੂੰ ਪੰਜਾਬੀ ਜ਼ਬਾਨ ਦੇ ਨਾਲ ਵੀ ਲਗਾਵ ਹੋ ਗਿਆ ਫਿਰ ਲਗਵਾ ਤਾਂ ਸੀਗਾ ਹੀ ਪਿੰਡ 'ਚ ਮਤਲਬ ਉਹ ਇਹ ਸੀਗਾ ਵੀ ਬੱਚਾ ਸੀਗਾ ਛੋਟਾ ਬੰਬੇ ਰਹਿੰਦਾ ਨਹੀਂ ਬੋਲਦੇ ਸੀ ਪਿੰਡ 'ਚ ਆ ਕੇ ਮਤਲਬ ਹੋ ਗਿਆ ਫਿਰ ਸਾਰਾ ਕੁਛ ਹੀ ਖੇਡੇ ਗੁੱਲੀ ਡੰਡੇ ਬੰਟ ਸਾਰਾ ਕੁਛ ਜੋ ਪਿੰਡ 'ਚ ਚੱਲਦਾ ਹੁੰਦਾ ਮੈਨੂੰ ਸਖਤ ਮਨਾਹੀ ਹੁੰਦੀ ਸੀਗੀ ਪਰ ਗੁੱਲੀ ਡੰਡਾ ਨਹੀਂ ਖੇਡਣਾ ਮਤਲਬ ਬੱਚਿਆਂ 'ਚ ਬਾਹਰ ਜਾ ਕੇ ਨਹੀਂ ਖੇਡ ਸਕਦਾ ਸਕੂਲ ਦੀ ਬੱਸ ਉੱਤਰ ਹੁੰਦੀ ਟਿਊਸ਼ਨ ਚਲੇ ਜਾਂਦੇ ਵੈਸੇ ਹਮੇਸ਼ਾ ਅਕਸਰ ਗੱਲ ਹੁੰਦੀ ਵੀ ਕਾਲੇ ਨਾ ਹੋ ਜਾਣ ਬੱਚੇ ਕਾਲੇ ਤਾਂ ਪਹਿਲੇ ਹੀ ਸੀਗੇ ਰੰਗ ਤਾਂ ਮੇਰੀ ਕਾਲੀ ਕਾਲੇ ਦੀ ਗੱਲ ਆ ਕਿ ਮੇਰੀ ਮਾਸੀ ਜੋ ਮੈਂ ਨਾਨਕੀ ਜਾਂਦਾ ਹੁੰਦਾ ਸੀ ਮੇਰੀ ਮਾਸੀ ਨੇ ਫੜ ਕੇ ਮੈਨੂੰ ਕੁੱਟਣਾ ਤੇ ਕੱਪੜਾ ਲੈ ਕੇ ਬਣਾਇਣ ਲੈ ਕੇ ਮੇਰੀ ਗਰਦਨ ਰਗੜ ਦਿੰਦੀ ਸੀਗੀ ਕਾਲਾ ਹੋਇਆ ਤੈਨੂੰ ਕਿਹਨੇ ਕੁੜੀ ਦੇ ਦੇਣੀ ਓ ਗੋਡ ਮਤਲਬ ਹਰ ਟਾਈਮ ਮਤਲਬ ਮੈਂ ਨਾਨਕੀ ਜਾਣਾ ਸੂਏ ਚ ਨਹਾਉਣਾ ਬਾਹਰ ਖੇਡਣਾ ਮੈਨੂੰ ਉੱਥੇ ਜਾ ਕੇ ਖੁੱਲੀ ਛੁੱਟੀ ਹੁੰਦੀ ਸੀ ਉੱਥੇ ਕੇਅਰ ਨਹੀਂ ਪਿੰਡ ਚ ਤਾਂ ਬੱਚਿਆਂ ਨੂੰ ਨਾਨਕੇ ਚੰਗੇ ਲੱਗਦੇ ਆ ਯਾ ਆਲਵੇਸ ਆਲਵੇਸ ਨਾਨਕੇ ਠੀਕ ਹੈ ਸੋ ਤੁਸੀਂ ਉਹ ਗੀਤ ਸੁਣਿਆ ਤੁਹਾਡੀ ਸ਼ੁਰੂਆਤ ਹੋਈ ਤੁਹਾਨੂੰ ਰੁਝਾਨ ਹੋ ਗਿਆ ਉਸ ਵੱਲ ਹਾਂਜੀ ਫਿਰ ਮੇਰਾ ਉੱਥੇ ਰੁਝਾਨ ਸਾਰੇ ਸਿੰਗਰਾਂ ਨਾਲ ਹੀ ਮੈਂ ਵਰਤਿਆ ਆਲਮੋਸਟ ਲਾਈਕ ਪੰਜਾਬੀ ਦਾ ਕੋਈ ਆਰਟਿਸਟ ਨਹੀਂ ਜਿਹਦੇ ਨਾਲ ਮੈਂ ਨਹੀਂ ਕੰਮ ਕੀਤਾ ਫਿਰ ਏਜ ਤਾਂ ਕੋਈ ਬਹੁਤ ਜ਼ਿਆਦਾ ਨਹੀਂ ਸੀਗੀ ਛੋਟੀ ਉਮਰ ਦੇ ਛੋਟੀ ਉਮਰ ਜੀ ਹਾਂਜੀ ਕਿਉਂਕਿ ਫਿਰ ਉਹ ਛੋਟੇ ਚਾਚਾ ਵੀ ਬਾਹਰ ਆ ਗਏ ਸੀ ਦਲਜੀਤ ਜੋਲ ਜੀ ਤੇ ਸਾਰੀ ਜਿਹੜੀ ਜ਼ਿੰਮੇਵਾਰੀ ਸੀ ਫਾਦਰ ਸਾਹਿਬ ਤਾਂ ਬੰਬੇ ਹੁੰਦੇ ਸੀਗੇ ਸਾਰੀ ਜ਼ਿੰਮੇਵਾਰੀ ਉਹ ਸੈੱਟ ਦੀ ਮੇਰੇ ਕੋਲ ਹੁੰਦੀ ਸੀ ਜਿੰਨੀ ਸ਼ੂਟ ਹੋਣੀ ਜੋ ਕੁਝ ਵੀ ਹੋਣਾ ਇਟ ਵਿਲ ਗੋ ਪਰ ਇੱਕਦਮ ਕਿਸ ਤਰ੍ਹਾਂ ਮਤਲਬ ਪਹਿਲਾ ਸਟੈਪ ਕੀ ਸੀਗਾ ਤੁਸੀਂ ਕਿਸ ਤਰ੍ਹਾਂ ਆਏ ਛੋਟੇ ਜਿਹੇ ਬ੍ਰੇਕ ਮੈਨੂੰ ਬ੍ਰੇਕ ਵਾਸਤੇ ਜਿਹੜੇ ਆ ਉਹ ਹੁਕਮ ਹੋ ਰਿਹਾ ਹੈਗਾ ਬ੍ਰੇਕ ਗੱਲਾਂ ਬਹੁਤ ਵਧੀਆ ਚੱਲ ਰਹੀਆਂ ਕਰਦੇ ਆ ਬ੍ਰੇਕ ਤੋਂ ਬਾਅਦ Plasma Records and Rajveer Entertainment present Three Brothers Three Stars One Great Show Punjabi Virsa 2014 USA April 11th Milwaukee April 12th New Jersey April 13th New York April 19th Plano Texas April 26th, Michigan. For
more info, call 718-610-9799. 310-691-9218. Punjabi Virsa 2014 USA. वाहे गुरु जी का खालसा, वाहे गुरु जी की फतेह। गुरु प्यारी साध संगत जी, हर साल दी तरह इस साल भी गुरुद्वारा सिख सेंटर सेलमा कैलिफोर्निया विखे बैसाखी दे संबंध विच 20वां महान नगर कीर्तन आप संगतां दी सहयोग नाल 13 अप्रैल दिन एतवार नूं हो रहा है। प्रोग्राम 11 अप्रैल राम श्री अखंड पाठ साहिब सवेरे 8 बजे, 12 अप्रैल निशान साहिब दे चोला साहिब दी सेवा अते अमृत संचार सवेरे 10 बजे, 13 अप्रैल भोग श्री अखंड पाठ साहिब सवेरे 8 बजे, बुलाए गए उगे विद्वाना दियां तकरीरां 9 बजे तो 10 बजे तक, नगर कीर्तन आरंभ सवेरे 10 बजे, पंथ प्रसिद्ध ढाडी कीर्तनी जत्थे अते कथावाचक संगतां नूं गुरु जस नाल निहाल करनगे। समूह संगतां नूं बेनती है कि सिंह केसरी दस्तारा सजा के ते बीबियां केसरी चुनियां लै के नगर कीर्तन विच शामिल होण। पहुंचण लई गुरुद्वारा साहिब दा पता 2211 हाईलैंड एवेन्यू सेलमा कैलिफोर्निया। वधेरे जानकारी लई हेठ लिखे नंबरां ते संपर्क करो। इस नगर कीर्तन दा सीधा प्रसारण देखो सिर्फ कैट पंजाबी ते। वाहे गुरु जी का खालसा, वाहे गुरु जी की फतेह। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिला है क्या? जी नहीं, ये बनी है एमपी के खास व्हाइट होल व्हीट आटे से बने प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश। एकदम पापड़, इतनी नरम और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर होल व्हीट नो मैदा, रखे आपकी रोटी को सॉफ्ट और फ्रेश 8 घंटों के बाद भी। ओके हाँ जी, प्यारे दर्शकों वेलकम बैक। लखवीर जौल जी मेरे नाल इस वक्त स्टूडियो दे विच आए हुए ने, जेड़े कि पंजाबी विरसा शो करवांदे हैगे। उन्हां दे उपर एक जिम्मेवारी हैगी आ, शोज टूर शुरू हो जाणगे, उन्हां दा अपना राजवीर एंटरटेनमेंट, उन्हां दी अपनी कंपनी हैगी आ। तुसी इन्हां नूं सवाल पूछ सकदे हो, ओ इस करके क्योंकि जे तुहाडे सवाल तुसी इक कोई कॉलर असी चूज़ करांगे जदों तक शो शुरू नहीं होणा, कि तुसी मनमोहन वारिस संगतार कमल हीर दे नाल जेकर थानू डिनर करन दा मौका मिले, सो इना दे वल्लों मिलेगा ओ मौका लाइव शो ते। एब्सोल्युटली, हां जी तुसी फड़ लिया, मैनू फड़ लिया। लाइव शो ते अज असी लखवीर जी वल्लों एक कमिटमेंट लै लेती हैगी है कि सिंगर्स दे नाल थानू डिनर करन दा मौका मिलेगा जेकर तुसी कोई ओहो जिहा वधिया सवाल पुछोगे जदों तक शो शुरू नहीं हो जांदे। ओ असी डिसाइड करांगे, लखवीर जी डिसाइड करनगे कि ओ मौका किस नूं दित्ता जाएगा। सो तुसी फोन कर सकदे हो, सवाल पुछ सकदे हो, उन्हां सिंगर्स दे बारे पुछ सकदे हो, इहनां दी कंपनी बारे पुछ सकदे हो, टूर्स किद्दां हो रहे ने, किहड़ी किहड़ी जगह ते होणगे, टिकट्स किन्ने दियां हैगियां और किहड़े किहड़े वेन्यूज़ हैगे आ, किथे किथे होणगे, सो ओ सब दसन दे लई अज लखवीर जी साडे स्टूडियो दे विच ए लाइव प्रोग्राम कर रहे ने। तुसी सानू कर सकते हो फोन। लखवीर जी आपां गल कर रहे सीगे कि तुसी फिर सिंगर्स दे नाल तुहाडी शुरुआत हो गई तुसी, पर पहला स्टेप तुसी की चुकिया, क्योंकि दर्शक बच्चे बहुत दिल दे विच सोचदे आ भी असीं पहली शुरुआत की करिए। पहली शुरुआत ए सी कि भी जदों कंपनी दा सारा काम कर हुंदा सीगा, इट वाज लाइक इक घर च बनी बनाई चीज़ मिल जांदी है ना, सो वो मेरे लिए बहुत ईजी होया कि मैनू सब कुछ मिल गया है ना। सो मैं प्रोडक्शन का काम किया, फिर नाल कम चलते थे डायरेक्शन बारे। अच्छा, लर्न डायरेक्शन, सो कुछ स्पेसिफिक डायरेक्शन बारे तो नहीं याद है, कोई एल्बम की या कुछ, जब वैसे इन जनरल सारे नु हेल्प करते सीगे उदों? नहीं उदों हुन बहुत सारे सिंगर सीगे जेड़े जिन्हां काम, मतलब जदों साडा सेट चलदा हुंदा सी 5 दिन 6 दिन डे नाइट चलदा हुंदा सीगा। अच्छा, या कंटिन्यू वी रिकॉर्डेड ऑल सॉन्ग्स 40-50 songs one time shot, क्योंकि अजकल तो वीडियो का एक फैशन है ना कि भी कोई भी सिंगर सीडी लेके आता उन्होंने पहला वीडियो बनानी जरूरी हो जाती है। उस टाइम्स नहीं, उदों तो मतलब
ਕੁਝ ਸਿੰਗਰ ਇੰਨੇ ਹਿੱਟ ਹੁੰਦੇ ਸੀਗੇ ਉਹਨਾਂ ਨੂੰ ਵੀਡੀਓ ਬਾਰੇ ਪਤਾ ਹੀ ਨਹੀਂ ਹੁੰਦਾ ਕੈਮਰੇ ਬਾਰੇ ਡਜ਼ਨਟ ਨੋ ਲਾਈਕ ਕੈਮਰਾ ਕੀ ਇਹ ਵੀ ਇੱਕ ਹਿੱਸਾ ਵਾ ਉਹਨਾਂ ਨੂੰ ਇਹ ਹੁੰਦਾ ਸੀ ਕੈਸਟ ਰਿਕਾਰਡ ਕਰਾ ਦਿੱਤੀ ਦੂਰਦਰਸ਼ਨ ਤੇ ਇੱਕ ਗਾਣਾ ਆ ਗਿਆ ਓਕੇ ਜੀ ਸਾਡੇ ਖਾੜੇ ਲੱਗ ਰਿਹਾ ਪੈਸੇ ਬਣਨੇ ਦੇ ਆਰ ਹੈਪੀ ਪਰ ਨਾਓ ਦਿਸ ਇਜ਼ ਟੋਟਲੀ ਡਿਫਰੈਂਟ ਮੀਡੀਆ ਦੇ ਕਰਕੇ ਹਰੇਕ ਸਿੰਗਰ ਨੂੰ ਇਹ ਹੁੰਦਾ ਕਿ ਪਹਿਲਾਂ ਵੀਡੀਓ ਕਰਨੀ ਹੈ ਔਰ ਵੀਡੀਓ ਦੀ ਕੋਸਟ ਕਿੰਨੀ ਹੋ ਗਈ ਹੈ ਨਾ ਸੋ ਉਸ ਸਿਲਸਿਲੇ ਨਾਲ ਚੱਲਦੇ ਚੱਲਦੇ ਫਿਰ ਚੱਲ ਸਾਹਿਬ ਇੱਕ ਮੇਰੇ ਮਨ ਦੇ ਵਿੱਚ ਗੱਲ ਆ ਰਹੀ ਹੈ ਜਦੋਂ ਅਸੀਂ ਲਾਈਵ ਪ੍ਰੋਗਰਾਮ ਕਰਦੇ ਹਾਂ ਹਾਂਜੀ ਪਿਆਰੇ ਦਰਸ਼ ਕੋਈ ਲਾਈਵ ਹੈਗਾ ਟੀਵੀ ਤੇ ਚੱਲ ਰਿਹਾ ਹੈਗਾ ਦੁਨੀਆ ਭਰ ਦੇ ਵਿੱਚ ਦਰਸ਼ਕ ਦੇਖ ਰਹੇ ਨੇ ਸਾਡੇ ਕੋਲ ਕੋਈ ਰੀਟੇਕ ਨਹੀਂ ਹੈਗਾ ਨਹੀਂ ਜੇ ਕੋਈ ਗੱਲ ਬੋਲਤੀ ਤੇ ਬੋਲਤੀ ਮਾੜੀ ਲੱਗੀ ਤੇ ਲੱਗੀ ਤੀਰ ਨਿਕਲਿਆ ਕਹਿੰਦੇ ਨਿਕਲ ਗਿਆ ਤੇ ਉਹ ਤੇ ਤੁਹਾਨੂੰ ਪਤਾ ਹੀ ਹੈਗਾ ਅਸੀਂ ਆਪ ਵੀ ਕਹਿ ਲੈਨੇ ਕਿ ਭੁੱਲ ਚੁੱਕ ਮਾਫ ਹੋਏ ਕਿਉਂਕਿ ਲਾਈਵ ਪ੍ਰੋਗਰਾਮ ਹੈਗਾ ਪਰ ਜਦੋਂ ਤੁਸੀਂ ਇਹ ਲਾਈਵ ਪ੍ਰੋਗਰਾਮ ਕਰਾਉਂਦੇ ਹੈਗੇ ਹੋ ਹਾਂਜੀ ਸਾਊਂਡ ਸਿੰਗਰਸ ਸਟ੍ਰੈਸ ਆਡੀਅੰਸ ਦਾ ਰਿਐਕਸ਼ਨ ਉਹ ਸਾਰੀ ਟੈਨਸ਼ਨ ਹੁੰਦੀ ਹੈ ਹਾਂਜੀ ਉਹ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਕੀ ਹੁੰਦਾ ਕਿ ਸਾਡਾ ਇੱਕ ਨੇਚਰ ਵੀ ਹੈ ਕਿ ਵੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਮੈਂ ਕੰਮ ਕਰਦਾ ਮੇਰੇ ਸ਼ੋਅ 'ਤੇ ਜਿੰਨੇ ਵੀ ਆਉਂਦੇ ਆ ਜੇ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ ਉਹਦੇ ਬਾਰੇ ਵੀ ਪਲੀਜ਼ ਦੱਸੋ ਜੇ ਕੁਛ ਮੈਂ ਮਾੜਾ ਕੀਤਾ ਜਾਂ ਕੋਈ ਗਲਤੀ ਹੋ ਗਈ ਕਿਉਂਕਿ ਕੋਈ ਵੀ ਇਨਸਾਨ ਗਲਤੀ ਨਹੀਂ ਕਰਨੀ ਚਾਹੁੰਦਾ ਪਰ ਉਹਨੂੰ ਪਤਾ ਨਹੀਂ ਹੁੰਦਾ ਕਿਉਂਕਿ ਜੇ ਉਹਨੂੰ ਪਤਾ ਹੋਵੇ ਤਾਂ ਕੋਈ ਵੀ ਇਨਸਾਨ ਗਲਤ ਨਾ ਹੋਵੇ ਸੋ ਜੇ ਕੋਈ ਗਲਤ ਹੁੰਦਾ ਜੇ ਕੋਈ ਸੁਝਾਅ ਹੈਗਾ ਵਧੀਆ ਕਿ ਅਸੀਂ ਇਸ ਸ਼ੋਅ ਨੂੰ ਪੰਜਾਬੀ ਵਿਰਸੇ ਨੂੰ ਕੋਈ ਹੋਰ ਢੰਗ ਨਾਲ ਪ੍ਰਜੈਂਟ ਕਰੀਏ ਮਤਲਬ ਕੀ ਇਹਦੇ 'ਚ ਹੋਰ ਸੁਧਾਰ ਆਈ ਲਵ ਟੂ ਟੇਕ ਦੈਮ ਕਿਉਂਕਿ ਇਹ ਜ਼ਰੂਰੀ ਨਹੀਂ ਹੈਗਾ ਕਿ ਵੀ ਮੈਨੂੰ ਫੀਲਡ 'ਚ 24-25 ਸਾਲ ਹੋ ਗਏ ਅਤੇ ਆਈ ਨੋ ਪਰ ਇਹ ਸਦਾ ਚਲ ਸਾਹਿਬ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਮੈਂ ਸ਼ਾਮਿਲ ਸੀਗੀ 2012 ਦੇ ਵਿੱਚ ਜਦੋਂ ਵਿਰਸਾ ਹੋਇਆ ਮੌਕਾ ਮਿਲਿਆ ਆਪਣੇ ਮਨਪਸੰਦ ਸਿੰਗਰਸ ਨੂੰ ਆਪਣੇ ਸਾਹਮਣੇ ਪਰਫਾਰਮ ਕਰਦੇ ਹੋਏ ਵੇਖਣ ਦਾ ਕਈ ਪੰਜਾਬੀ ਜਿਹੜੇ ਭੈਣ ਭਰਾ ਪਿੱਛੇ ਸੀਗੇ ਉਹ ਨਾ ਬੜੇ ਕਮੈਂਟਸ ਅਜੀਬ ਅਜੀਬ ਜਿਹੇ ਕਮੈਂਟਸ ਹੁੰਦੇ ਆ ਅਤੇ ਸਾਡੇ ਲਈ ਇੱਕ ਕਲਾਕਾਰ ਦੀ ਬਹੁਤ ਰਿਸਪੈਕਟ ਹੈ ਉਹ ਉਸਦਾ ਪ੍ਰੋਫੈਸ਼ਨ ਹੈ ਇੱਕ ਵੱਖਰੀ ਗੱਲ ਹੈ ਪਰ ਉਸਦੀ ਉਹ ਜਾਨ ਹੈ ਕਲਾ ਉਸਦੀ ਜਾਨ ਹੈ ਛੋਟਾ ਮੋਟਾ ਕੋਈ ਵੀ ਕਲਾਕਾਰ ਭਾਵੇਂ ਉਹ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਜਾਂ ਨਹੀਂ ਹੋਇਆ ਉਸਦੇ ਲਈ ਉਹ ਉਸਦੀ ਰੋਜ਼ੀ ਰੋਟੀ ਹੈ ਉਸਦੀ ਕਲਾਕਾਰੀ ਉਸ ਤਾੜੀਆਂ ਨਾਲ ਤੁਸੀਂ ਇੱਜ਼ਤ ਮਾਨ ਦਿੰਦੇ ਹੋ ਹੋਰ ਤੇ ਆਪਾਂ ਕੋਈ ਜਿਨ੍ਹਾਂ ਦਾ ਦਿਲ ਕਰਦਾ ਪੈਸੇ ਪੂਸੇ ਵੀ ਸੁੱਟ ਦਿੰਦੇ ਆ ਉਹ ਇੱਕ ਵੱਖਰੀ ਗੱਲ ਹੈ ਪਰ ਪੰਜਾਬੀ ਆਡੀਅੰਸ ਖਾਸ ਤੌਰ 'ਤੇ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਰਹਿੰਦੀ ਹੈ ਉਹ ਸਮਟਾਈਮਸ ਆਊਟ ਆਫ ਕੰਟਰੋਲ ਹੋ ਜਾਂਦੇ ਕਿਉਂ ਇਹ ਜਦੋਂ ਮਤਲਬ ਅੱਜ ਤੋਂ 18-20 ਸਾਲ ਪਹਿਲਾਂ ਚਲੇ ਜੇ ਜਦੋਂ ਮੈਂ ਆਇਆ ਸੀਗਾ ਕਿਉਂਕਿ ਇਹ ਕੋਈ ਪਿੰਡ ਨਹੀਂ ਹੈਗਾ ਜਿੱਥੇ ਓਪਨ ਸ਼ੋਅ ਚੱਲ ਰਿਹਾ ਔਰ ਬੱਲੇ ਬੱਲੇ ਕਰ ਰਹੇ ਹੋ ਤੁਸੀਂ ਚੀਜ਼ਾਂ ਸੁੱਟ ਸੁੱਟ ਕੇ ਮਾਰ ਰਹੇ ਹੋ ਤੁਸੀਂ ਆਡੀਟੋਰੀਅਮ ਦੇ ਵਿੱਚ ਬੈਠੇ ਹੋ ਤੁਸੀਂ ਪਰਿਵਾਰਿਕ ਸ਼ੋਅ ਹੈ ਖਾਸ ਤੌਰ ਤੇ ਵਿਰਸਾ ਇੱਕ ਪਰਿਵਾਰਿਕ ਸ਼ੋਅ ਹੈ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸ ਦਿੰਦਾ ਜੇ ਕੋਈ ਇਦਾਂ ਦੀ ਹੈਪਨਿੰਗ ਸੋ ਫਾਰ ਟਾਈਮ ਗਾਰਡ ਕਿ ਵੀ ਅੱਜ ਤੱਕ ਨਿਊਯਾਰਕ ਦੇ ਵਿੱਚ ਕਿੰਨੇ ਸ਼ੋਅ ਹੋਏ ਆ ਕਿ ਵੀ ਬਹੁਤ ਪੁਰਾਣੀ ਗੱਲ ਆ 20-25 ਸਾਲ ਪਹਿਲਾਂ ਕਿ ਵੀ ਆਰਟਿਸਟ ਸੀਗੇ ਬਾਲੀਵੁੱਡ ਤੋਂ ਉਹਨਾਂ ਨਾਲ ਕੋਈ ਹੈਪਨ ਹੋ ਗਈ ਸੀ ਪਰ ਅਦਰ ਦੈਟ ਪਰ ਸਾਡੇ ਜਿਹੜੇ 15-20 ਸਾਲ ਪਹਿਲਾਂ ਸੀਗੇ ਕਿ ਵੀ ਉਦੋਂ ਇੱਥੇ ਲੋਕ ਪਰਿਵਾਰ ਨਹੀਂ ਸੀ ਹੁੰਦੇ ਆਏ ਸਿੰਗਲ ਬੰਦੇ ਸੀਗੇ 10-15 ਘਰ ਰਹਿੰਦੇ ਹੁੰਦੇ ਇਕੱਲੇ ਰਹਿੰਦੇ ਤੇ ਉਹ ਸ਼ੋਅ ਦੇਖਣ ਆ ਗਏ ਉਹ ਸ਼ੋਅ ਦੇਖਣ ਜਾਂਦੇ ਹੁੰਦੇ ਸੀ ਉਹ ਦਾਰੂ ਪੀਂਦੇ ਹੁੰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਪਰ ਹੁਣ ਇਸ ਟਾਈਮ ਪਿਛਲੇ 10-12 ਸਾਲ ਤੋਂ ਕੀ ਹੁੰਦਾ ਕਿ ਵੀ ਫੈਮਲੀਆਂ ਵਧੀ ਜਾ ਰਹੀਆਂ ਜੇ ਕੋਈ ਸਿੰਗਲ ਮੁੰਡਾ ਵੀ ਹੈਗਾ ਪਰ ਉਹਦਾ ਕੋਈ ਮਾਮਾ ਮਾਸੀ ਚਾਚਾ ਤਾਇਆ ਕੋਈ ਨਾ ਕੋਈ ਰਹਿੰਦਾ ਵਾ ਫਿਰ ਉਹਦੇ ਰਿਲੇਟਿਵਸ ਹੈਗੇ ਨੇ ਫਿਰ ਉਸ ਸ਼ਰਮ ਮਹਿਸੂਸ ਕਰਦੇ ਪਰ ਅੱਜ ਜਿਹੜੀ ਨਿਊ ਜਨਰੇਸ਼ਨ ਹੈ ਜਿਕਣ ਇੰਡੀਆ ਦੇ ਵਿੱਚ ਨਸ਼ਿਆਂ ਦਾ ਬਹੁਤ ਦੂਰ ਆ ਵੀ ਆਰ ਲੱਕੀ ਕਿ ਜਿਹੜੇ ਇੱਥੇ ਬੱਚੇ ਰਹਿੰਦੇ ਆ ਉਹ ਉਸ ਪਾਸੇ ਨਹੀਂ ਜਾ ਰਹੇ ਬਿਲਕੁਲ ਠੀਕ ਫਿਰ ਵੀ ਅਸੀਂ ਦਰਸ਼ਕਾਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਸਾਰੇ ਸਾਡੇ ਨਾਲ ਮੁਲਾਕਾਤ ਹੋਏਗੀ ਜੋਲ ਜੀ ਨੂੰ ਮਿਲੋਗੇ ਤੁਸੀਂ ਜੋਲ ਸਾਹਿਬ ਪਹਿਲਾ ਸ਼ੋਅ ਕਿ ਨਿਊ ਜਰਸੀ ਹੈਗਾ ਨਹੀਂ ਪਹਿਲਾ ਸ਼ੋਅ ਹੈਗਾ ਮਤਲਬ ਕਿ 11 ਤਰੀਕ ਦਾ ਪਹਿਲਾ ਸ਼ੋਅ ਆ ਦੂਜਾ ਸ਼ੋਅ ਹੈਗਾ ਨਿਊ ਜਰਸੀ ਵਿੱਚ 12 ਅਪ੍ਰੈਲ ਨੂੰ ਮੈਨੋ ਟਾਊਨਸ਼ਿਪ ਹਾਈ ਸਕੂਲ ਦੇ ਵਿੱਚ ਅਤੇ ਤੀਸਰਾ ਸ਼ੋਅ ਹੈਗਾ ਵਿਸਾਖੀ ਵਾਲੇ ਦਿਨ ਸ਼ਾਮ ਨੂੰ ਨਿਊਯਾਰਕ ਕੁਈਨਸ ਕਾਲਜ ਗੋਲਡਨ ਸੈਂਟਰ ਦੇ ਨਾਮ ਨਾਲ ਜਾਣਿਆ ਜਾਂਦਾ ਹਾਂਜੀ 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 ਸੋ ਉਸ ਤੋਂ ਬਾਅਦ ਫਿਰ 19 ਅਪ੍ਰੈਲ ਡੈਲਸ ਟੈਕਸਸ ਫਿਰ ਕੰਟੀਨਿਊ ਤੁਸੀਂ ਐਡ ਹੈਗੀਆਂ ਜੀ ਦਰਸ਼ਕ ਵੀ ਕਾਲ ਕਰ ਰਹੇ ਨੇ ਕਾਲਰ ਦੇਖੀਏ ਕੋਈ ਬਣ ਜਾਏਗਾ ਸਾਡਾ ਜਿਹਨੂੰ ਜਿੱਥੇ ਜਿੱਥੇ ਨਜ਼ਦੀਕ ਹੋਣਗੇ ਉੱਥੇ ਉਹਨਾਂ ਨੂੰ ਕੁਝ ਨਾ ਕੁਝ ਫੇਵਰ ਜ਼ਰੂਰ ਮਿਲੇਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਹੋ ਮਤਲਬ ਕਿੰਨੇ ਸਾਲ ਹੋ ਗਏ ਆ ਕਾਫੀ ਇਹਨਾਂ ਨੇ ਨਾਮ ਕਮਾਇਆ ਲੋਕੀ ਇਹਨਾਂ ਨੂੰ ਬਹੁਤ ਜਾਣਦੇ ਆ ਬਹੁਤ ਪਿਆਰ ਕਰਦੇ ਆ ਸੋ ਇਸ ਕਰਕੇ ਅਸੀਂ ਕਿਹਾ ਕਿ ਤੁਸੀਂ ਆਪ ਆ ਕੇ ਸਾਨੂੰ ਦੱਸੋ ਵੀ ਟੂਰ ਇਸ ਸਾਲ ਸ਼ੁਰੂ ਹੋ ਗਿਆ ਜਵਾਨ ਤੇ ਉਮਰ ਅੱਜ ਕੀ ਰੱਖਿਆ ਜੀ ਉਮਰ ਵੱਡੀ ਛੋਟੀ ਦਾ ਕੋਈ ਹਾਂਜੀ ਹਾਂਜੀ ਬਾਜੀ ਤੁਸੀਂ ਮੇਰੇ ਦਿਲ ਦੀ ਗੱਲ ਕਹਿਤੀ ਜਿਹੜੀ ਮੈਂ ਕਹਿੰਦੀ ਪਹਿਲਾਂ ਤਾਂ ਸੱਸੀ ਸਾਹਿਬ ਨੂੰ ਇਸੇ ਕਰਕੇ ਕਿਤਾਬ ਮਿਲਿਆ ਸੀ ਬਾਬਾ ਬੁੱਢਾ ਦਾ ਵੀ ਉਹ ਬੁੱਢਾ ਉਹਨਾਂ ਨਾ ਹੋ ਰਹੀ ਤੇ
ਛੋਟੀ ਉਮਰ ਦੀ ਗੁਰਮਾਨ ਵਾਲੀਆਂ ਗੱਲਾਂ ਕਰ ਲੱਗ ਪਏ ਹੋ ਜੀ ਬਿਲਕੁਲ ਠੀਕ ਸੋ ਬਲ ਸਾਹਿਬ ਇਸ ਸਾਲ ਪੰਜਾਬੀ ਵਿਰਸਾ ਕਰਵਾਇਆ ਜਾ ਰਿਹਾ ਰਾਜਵੀਰ ਐਂਟਰਟੇਨਮੈਂਟ ਵੱਲੋਂ ਤੇ ਇਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਚਲੋ ਛੋਟਾ ਜਿਹਾ ਬ੍ਰੇਕ ਬਲ ਸਾਹਿਬ ਜਾਇਓ ਨਾ ਆਪਾਂ ਬ੍ਰੇਕ ਚ ਗੱਲ ਕਰਦੇ ਹਾਂ ਮਿਲਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ चाय ये सब तुम शाही पुलाव के लिए कर रहे हो ना बना दो ना प्लीज 49 साल से रोज यही तो खा रहे हो श्री लाल महल है तो 49 साल कट गए वरना 49 दिन भी काटने मुश्किल होते जाओ नहीं बनाती मैं तुम्हारा शाही पुलाव बना दो ना प्लीज डार्लिंग 49 के 50 भी तो करने हैं गोल्डन जुबिली मनानी है ना खुशबूदार लंबे दाने वाला श्री लाल महल एम्पायर बासमती राइस दादी वाओ शाही पुलाव लगता है इस बार दादाजी अपनी एनिवर्सरी नहीं भूले क्यों बिल्कुल नहीं भूला श्री लाल महल एम्पायर बासमती राइस खिले खिले दाने खिले खिले आप चाहे शानदार कार का होवे या ऑफिस का सच करता है सहारा कंस्ट्रक्शन जिन्हें रेजिडेंशियल कमर्शियल न्यू हाउस कंस्ट्रक्शन मॉडिफिकेशन फ्रेमिंग एक्सटेंशन डॉर्मर रेनोवेशन इंटीरियर या एक्सटीरियर हर तरह की सुविधा अवेलेबल है साडा पता है 253-12-85 Avenue बेलरोस नाय 11426 और जानकारी ले 102 फैमिली कस्टमाइज्ड हाउसेस ले अति फ्री एस्टीमेट ले तो से सानू कॉल भी कर सकते हो कांटेक्ट नंबर 7188316970 एंड 7182855945 इना नंबर्स ते तुसे फ्री एस्टीमेट ले भी कॉल कर सकते हो लैंसिंग मिशिगन विच खालसे दे जन्म दिहाड़े ते गुरु नानक सिख सेंटर लैंसिंग अते समूह संगता दे सहयोग नाल महान नगर कीर्तन अते विसाखी मेला 26 अप्रैल शनिवार ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ ਕਮਲਦੀਪ ਤੇ ਸੰਗਤਾਂ ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ 300 North Grand Avenue लैंसिंग मिशिगन 48933 वधेरे जानकारी लिए संपर्क करो इना नंबरा ते ਲਖਵੀਰ ਜੋਹਲ ਦੀ ਜਿਹਦੇ ਨਾਲ ਮੇਰੀ ਗੱਲਬਾਤ ਹੋ ਰਹੀ ਹੈਗੀ ਹੈ ਵਿਰਸਾ ਜਿਹੜਾ ਹੈਗਾ 2014 ਟੂਰ ਸ਼ੁਰੂ ਹੋਣ ਵਾਲਾ ਹੈ ਜਿਸ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ ਔਰ ਬਣ ਸਕਦੇ ਹੋ ਲੱਕੀ ਵਿਨਰ ਜਿਨ੍ਹਾਂ ਨੂੰ ਮੌਕਾ ਦਿੱਤਾ ਜਾਏਗਾ ਪੰਜਾਬੀ ਮਸ਼ਹੂਰ ਗਾਇਕ ਤਿੰਨੋਂ ਭਰਾ ਵਰਲਡ ਫੇਮਸ ਕਮਲਹੀਰ ਸੰਤਾਰ ਜੀ ਅਤੇ ਮਨਮੋਹਨ ਵਾਰਿਸ ਜੀ ਦੇ ਨਾਲ ਡਿਨਰ ਕਰਨ ਦਾ ਮੌਕਾ ਮਿਲੇਗਾ ਜੇਕਰ ਤੁਸੀਂ ਬਣਨਾ ਚਾਹੁੰਦੇ ਹੋ ਲੱਕੀ ਕਾਲਰ ਵਿਨਰ ਅਤੇ ਤੁਸੀਂ ਕੁਝ ਇਹੋ ਜਿਹਾ ਸਵਾਲ ਪੁੱਛ ਸਕਦੇ ਹੋ ਹਲੇ ਸਾਡੇ ਕੋਲ ਟਾਈਮ ਹੈਗਾ ਲਖਵੀਰ ਜੀ ਨੂੰ ਮੈਂ ਇਨਫੋਰਮ ਕਰਦੀ ਰਹਾਂਗੀ ਕਿ ਜੋ ਇਹਨਾਂ ਨੂੰ ਬਹੁਤ ਸਪੈਸ਼ਲ ਲੱਗੇ ਕਈ ਵਾਰ ਹੁੰਦਾ ਕਿ ਕੋਈ ਸਵਾਲ ਹੀ ਬੜਾ ਖਾਸ ਹੁੰਦਾ ਹੈ ਜੀ ਸੋ ਲਖਵੀਰ ਜੀ ਗੱਲਬਾਤ ਕਰਦੇ ਹਾਂ ਕਿ ਫਿਰ ਤੁਹਾਡੀ ਸ਼ੁਰੂਆਤ ਹੋ ਗਈ ਕਿਹੜੇ ਕਿਹੜੇ ਸਿੰਗਰਸ ਦੇ ਨਾਲ ਮੌਕਾ ਮਿਲਿਆ ਹੁਣ ਤੱਕ ਔਰ ਕੀ ਤੁਹਾਨੂੰ ਆਪ ਗਾਇਕੀ ਦਾ ਕੋਈ ਸ਼ੌਕ ਚੜਿਆ ਕਦੇ ਲੋਕ ਅਕਸਰ ਗੱਲਬਾਤ ਹੁੰਦੀ ਹੈ ਨਾ ਤੇ ਕਹਿੰਦੇ ਵੀ ਗਾਉਣਾ ਤਾਂ ਬੜਾ ਸੌਖਾ ਹੈ ਨਾ ਓ ਉਫ ਉਫ ਮੈਂ ਕੋਸ਼ਿਸ਼ ਕਰਦੀ ਹਾਂ ਤੇ ਮੈਨੂੰ ਮੈਂ ਜਦੋਂ YouTube ਤੇ ਆਪਣੇ ਵੀਡੀਓ ਦੇਖਦੀ ਮੈਂ ਬੜੀ ਬੁਰਾ ਲੱਗਦਾ ਹੈ ਮੈਨੂੰ ਸ਼ਾਇਰੀ ਕਿਉਂ ਕੀਤੀ ਸੀ ਇਹ ਕੋਸ਼ਿਸ਼ ਵੀ ਹਾਂਜੀ ਮੈਂ ਤੁਹਾਨੂੰ ਇੱਕ ਫਨੀ ਦੱਸਦਾ ਕਿ ਵੀ ਲੋਕ ਕਹਿੰਦੇ ਵੀ ਕੋਈ ਵੀ ਕੰਮ ਆ ਮਤਲਬ ਕਹਿ ਦੋ ਕਿ ਵੀ ਯਾਰ ਇਹ ਉਹ ਬੜਾ ਈਜ਼ੀ ਹੈਗਾ ਹੈ ਨਾ ਬੜਾ ਸੌਖਾ ਹੈਗਾ ਪਰ
एक बार साड़ी फ्लॉर शूटिंग चलती सी अपने मान साहब के उस्ताद जी पूरे हो गए उन्होंने पानी बिच मारा डीटा करदीप रोज उड़ीका उन्होंने गाना 7:30 बजे खबरों तो बाद रेडियो तो आना होंगे तो उन्होंने गाना से एक सोनी महीवाल का जो मॉडल मुंडा से वह पहुंचे नहीं सैट पर जो साडे डायरेक्टर से रजनीश शर्मा जी वह कहते लखवीर यार तू भी ठीक है ना यंग है खेलते खुड़ते होंगे कहते यार तू कर ला मेरे मुछा मुछा भी नहीं सी आईया तो मेकअप मैन ने मेरे मुछा ही ला दी महीवाल बना के तो सीन से शाम ढलती सी कुड़ी ने भजना से पानी के कंधे तो इधरों मैं असं मिलना सो मैनू सब कुछ पता वा मैं दसना दूजे करवाने है ना भंगड़े बारे एवरीथिंग आई लर्न पर जदों कैमरे के मूहरे जाके मैं सीन करना सीगा तो उधरों कुड़ी भज के आ रही है मॉडल तो इधरों मैं जाना सी तो आई टोटली वॉश आउट वो आके मेरे एकदम आके बच बजी लाइक आई से सॉरी पैकअप मैं नहीं एक इट्स नॉट माय जॉब मेरी जॉब है कैमरे के बिहाइंड सो मैं कैमरे के पिछे ही रहा जिन्ना चेर मतलब एक हरेक दे हिस्से कोई चीज़ होंगी है मतलब जे मैं बिहाइंड स्टेज काम कर सकता मैं वही कर सकता जल सब तुसी अपने नाल काम करने वास्ते क्योंकि तुहाडी राजवीर एंटरटेनमेंट कंपनी हैगी है कदों शुरू की थी तुसी कंपनी बाय द वे ए जी राजवीर एंटरटेनमेंट जदों मेरा बेटा होया ना जी की नाम है बेटे दा राजवीर 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 आदा ना ते साडा गैप पै गया सी मेरी फैमिली इंडिया चली गई सी सारी अच्छा जी ठीक है सो आई वाज आउट ऑफ इंडस्ट्री 8-9 साल फिर दोबारे जदों बेटा होया तां फिर जुड़ना चाहिया इस माहौल नाल फिर जो जुड़ना चाहे तो ना की रखिए बेटा दिता से रब ने पहला शुक्र है मालिक का उसका हम दो बेटिया भी है बेटा होया सी उस तो बेटी मन के लिए सी बेटा नहीं सी पर उस मालिक का बड़ा शुक्र है तो बे नाते कंपनी रख ली कि राजवीर के नाते उदो फिर शुरू कर ली 2007 तो लैके हूँ तक आई थिंक मैं याद भी नहीं जो मैं कहने लग जा तो अपना टाइम हजूगा किन्ने शो करते हरे इन्ने शो मतलब कंटिन्यू ईयर चार डिफरेंट ग्रुप्स दे शोज कीते अच्छा हाँ जी हाँ जी हाँ जी पहला उस केड़ी केड़ी सिंगर सिगे पहली वेरी बलकार सिद्धू जी गिप्पी गरेवाल ते हरमनदीप बलजिंदर एमपी बल कमेडी कलाकार राणा जी ते उस तो बाद फिर निशत्र गल अमर वर्षी मनिंदर देओल ते फिर कंटिन्यू मतलब ये सिलसिला चलता गया ठीक है मैं इस करके पूछा थोड़े तो कि तुसी जेड़े सिंगर्स दी सिलेक्शन करते हो चुनाव होंदा है कि मैं इस सिंगर दे नाल काम करना है मेरी कंपनी है वो कि तुसी कुछ बेसिस ते करदे हो जां उना दी मशहूरी दे ऊपर करदे हो कि बड़े मशहूर ने नहीं, नहीं, मशूर, शो बड़ा सक्सेसफुल जाएगा उस चीज ले के नहीं हुण मैं मान साहब दा शो कीता सीगा 2010 दे विच ठीक है 2010 तो बाद च साडे फ्रेंड हैगे बिल्लू भाजी हुणी बर्लिंगटन च रहिंदे आ ते मुल्तानी ब्रदर सुखी जी हुणी बड़ी सांझ आ साडी उहनां नाल हमेशा सपोर्ट भी करदे आ उह ते उह कहिंदे वी लखवीर पंजाबी विरसा करो है ना पंजाबी विरसा करो ओके साडी मीटिंग हुई संगतार भाजी उन्होंने गल कराई तो मैं यार मैं हूँ ही शो करके हटे हजे कहते नहीं जी तुम शो करो वी विल सपोर्ट यू मैं तुम हमेशा ही करते हो सपोर्ट वाली पर इट्स टू अर्ली फॉर मी कहते नहीं नहीं करो चलो फिर असं शो किया अक्टूबर 10, 2010 सो दैट लक्की नंबर कम टूगैदर सो मुड़ के फिर विरसे ना साडी ऐसी सांझ पई दे आर लाइक टीम वर्क इन्ना वधिया हैगा दीपक बाली जी इन्हां दे मैनेजर डायरेक्टर ओह एब्सोल्युटली सो दीपक जी याद कर रहे हैं थानू सो ओदो तो मतलब विरसे नाल जुड़े होए हैं कि कंटिन्यू साडा इन्ना प्यार वध गया नहीं तां हुंदा कि वी एक शो कर लिया कदी आर्टिस्ट नाल प्रॉब्लम हो जांदी आ जां प्रमोटर नाल के आ नहीं पर कुछ प्रॉब्लम्स हुंदियां एक सर ह्यूमन बीइंग हो जांदा कोई वारी कोई आर्टिस्ट ए हुंदा और खास तौर ते जदों असीं ਐਡਵਰਟਾਈਜ਼ ਕਰ ਦਿੰਦੇ ਆ ਹਾਂ ਜੀ ਔਰ ਉਹਨਾਂ ਦੇ ਵੀਜ਼ਾਜ਼ ਦੀ ਪ੍ਰੋਬਲਮ ਆ ਜਾਂਦੀ ਹੈ ਹਾਂ ਉਹ ਪ੍ਰੋਬਲਮ ਵੱਖਰੀ ਇੱਕ ਹੋਰ ਪ੍ਰੋਬਲਮ ਹੁੰਦੀ ਹੈ ਜਿਹੜੀ ਕਿ ਵੀ ਜਦੋਂ ਐਟੀਟਿਊਡ ਦੀ ਹਾਂ ਜੀ ਐਟੀਟਿਊਡ ਦੀ ਉਹ ਮੈਂ ਗੱਲ ਕਰਦਾ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਬਹੁਤ ਸਾਰੇ ਸਿੰਗਰ ਹੈਗੇ ਨਾ ਲਓ ਨਾਮ ਨਹੀਂ ਪਰ ਉਹ ਕੀ ਹੁੰਦਾ ਕਿ ਵੀ ਜਿਹੜਾ ਇੱਕ ਪ੍ਰੋਮੋਟਰ ਆ ਕਹਿੰਦੇ ਜੀ ਕਿ ਤੁਸੀਂ ਮੇਰੇ ਪੁਲ ਬਣਤੇ ਮੈਂ ਉਹਨੇ ਜੋਗਾ ਹੈ ਨਹੀਂ ਪਰ ਪ੍ਰੋਮੋਟਰ ਨੇ ਕੀ ਹੁੰਦਾ ਕਿ ਵੀ ਆਰਟਿਸਟ ਨਾਲ ਵੀ ਕੰਮ ਕਰਨਾ ਵਾ ਰਾਈਟ ਫਿਰ ਆਰਟਿਸਟ ਤੋਂ ਬਾਅਦ ਫਿਰ ਆਡੀਅੰਸ ਨਾਲ ਕੰਮ ਆਡੀਅੰਸ ਨਾਲ ਵੀ ਵਾ ਤੁਹਾਡਾ ਹੀ ਪਏਗਾ ਤੁਹਾਨੂੰ ਹੀ ਪੁੱਛਣਗੇ ਹਨ ਤੇ ਜੇ ਉੱਥੇ ਕੋਈ ਚੰਗਾ ਹੁੰਦਾ ਤਾਂ ਠੀਕ ਆ ਅਗਲੇ ਨੇ ਤਾੜੀ ਮਨਾਉਣੀ ਕਰਨ ਚਲੇ ਜਾਣਾ ਜੇ ਮਾੜਾ ਹੋ ਗਿਆ ਲਖਵੀਰ ਜੋਲ ਨੇ ਕੀਤਾ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਸੀਰੀਅਸਲੀ ਹੁਣ ਸਾਨੂੰ ਜਦੋਂ ਅਸੀਂ ਕੰਮ ਕਰਨਾ ਵਾ ਸਾਡੇ ਸਪੌਂਸਰਸ ਹੁੰਦੇ ਨੇ ਤੇ ਸਪੌਂਸਰ ਨਾਲ ਸਾਨੂੰ ਕੁਝ ਵਾਅਦੇ ਕਰਨੇ ਪੈਂਦੇ ਆ ਕਿ ਅਸੀਂ ਆਹ ਕਰਾਂਗੇ ਹਨਾ ਮਿਲਾਂਗੇ ਉਹ ਜੇ ਕਿਹੜੀ ਆਰਟਿਸਟ ਹੁੰਦਾ ਉਹ ਕਹਿੰਦਾ ਜੀ ਓਕੇ ਮੈਂ ਪੈਸੇ ਲਏ ਆ ਆਈ ਡੋਨਟ ਕੇਅਰ ਉੱਥੇ ਜਿੱਦਾਂ ਹੁਣ ਅਸੀਂ ਅਨਾਉਂਸ ਕਰ ਰਹੇ ਹਾਂ ਲੱਕੀ ਵਿਨਰ ਜਿਹੜਾ ਹੋਏਗਾ ਉਹਨੂੰ ਡਿਨਰ ਮਿਲੇਗਾ ਇਹ ਮੁਕਰ ਜਾਣ ਤੇ ਬੜਾ ਸਾਨੂੰ ਉਹ ਫਿਰ ਮੇਰੇ ਲਈ ਪ੍ਰੋਬਲਮ ਹੋ ਜਾਣੀ ਹੈ ਕਿਉਂਕਿ ਨੈਕਸਟ ਟਾਈਮ ਜਦੋਂ ਮੈਂ ਬਹਿਣਾ ਤੁਸੀਂ ਕੋਈ ਗੱਲ ਕਰਨੀ ਹੈ ਜਦੀ ਮੈਂ ਬਾਰ ਬਾਰ ਕਹਿੰਦੇ ਸਰੋਤਿਆਂ ਨੇ ਜਦੀ ਫੜ ਲੈਣਾ ਕਿ ਵੀ ਹਾਂਜੀ ਤੁਸੀਂ ਉਦੋਂ ਆਹ ਵੀ ਇਹਦਾ ਵਾਅਦਾ ਕੀਤਾ ਸੀ ਤੇ
ਦੈਟ ਵਾਸ ਨਾਟ ਹਰ ਸੋ ਉਸ ਰੀਜ਼ਨ ਦੇ ਵਿੱਚ ਕਈ ਵਾਰੀ ਤੁਸੀਂ ਮਤਲਬ ਤੁਸੀਂ ਸਟ੍ਰੈਕ ਹੁੰਦੇ ਹੋ ਨਾ ਤੇ ਤੁਹਾਨੂੰ ਇੱਕ ਮੈਂ ਤਾਂ ਕਹਿੰਦਾ ਪ੍ਰਮੋਟਰ ਸਭ ਤੋਂ ਥੱਲੇ ਹੁੰਦਾ ਆਰਟਿਸਟ ਤੋਂ ਉੱਪਰ ਆ ਉਦੋਂ ਥੱਲੇ ਆਡੀਅੰਸ ਪ੍ਰਮੋਟਰ ਥੱਲੇ ਆ ਕਿਉਂਕਿ ਉਹਨੇ ਹਰੇਕ ਨੂੰ ਸੁਣਨਾ ਹਰੇਕ ਦੀ ਜ਼ਰੂਰਤ ਨੂੰ ਹਰੇਕ ਜਿਹੜੀ ਉਹਦੀ ਜ਼ਿੰਮੇਵਾਰੀ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਮੈਂ ਖਰਾ ਉਤਰਾਂ ਸੋ ਸਟ੍ਰੈਸ ਉਸ ਦਿਨ ਸ਼ੁਰੂ ਹੁੰਦਾ ਹੈ ਜਾਂ ਜਦੋਂ ਤੋਂ ਟੂਰ ਇਹਨਾਂ ਦੇ ਸਾਰਾ ਸ਼ੁਰੂ ਹੁੰਦਾ ਉਦੋਂ ਤੋਂ ਪ੍ਰੈਸ਼ਰ ਹੁੰਦਾ ਹੁਣ ਟੂਰ ਜਿਹੜੀ ਗੱਲ ਆ ਟੂਰ 2010 ਤੋਂ ਸ਼ੁਰੂ ਕੀਤਾ ਸੀ ਇਹਨਾਂ ਨਾਲ ਜੁੜੇ ਹਾਂ ਜੀ 2010 ਦੇ ਸ਼ੋਅ ਖਤਮ ਕਰਦੇ 2012 ਦੇ ਅਨਾਊਂਸ ਕਰਦੇ ਸੀਗੇ 2012 ਦੇ ਖਤਮ ਕਰਕੇ 2014 ਦੇ ਅਨਾਊਂਸ ਕਰਦੇ ਸੀ ਸੋ ਪਿਛਲੇ ਮੈਂ ਅਤੇ ਦੀਪਕ ਭਾਅ ਜੀ ਅਸੀਂ ਪਹਿਲਾਂ ਆ ਕੇ ਬਹਿ ਕੇ ਗਏ ਹਾਂ ਇੱਥੇ ਆਈ ਥਿੰਕ 2012-13 ਦੇ ਵਿੱਚ ਜੀ ਮੈਨੂੰ ਯਾਦ ਹੈ ਔਰ ਅਸੀਂ ਉਦੋਂ ਗੱਲਬਾਤ ਕੀਤੀ ਸੀਗੀ ਸੰਤਾਰ ਜੀ ਵੀ ਆਏ ਸੀਗੇ ਉਹ ਪਹਿਲਾਂ ਸ਼ੋਅ 'ਤੇ ਸੀ ਪਰ ਮੈਂ ਬੈਠੇ ਸੀਗੇ ਇੱਥੇ ਅਤੇ ਅਸੀਂ ਉਦੋਂ ਹੀ ਅਨਾਊਂਸ ਕਰਦੇ ਸੀ 1.5 ਸਾਲ ਪਹਿਲਾਂ ਕਿ ਵੀ ਅਸੀਂ ਵਿਰਸਾ ਲੈ ਕੇ ਆ ਰਹੇ ਹਾਂ ਸੋ ਸਾਡੇ ਪਲੈਨਸ ਤਾਂ ਚੱਲਦੇ ਹੀ ਰਹਿੰਦੇ ਆ ਪਰ ਜਦੋਂ ਨੇੜੇ ਆਈ ਜਾਂਦਾ ਹੁਣ ਜੇ ਨੇੜੇ ਆ ਰਿਹਾ ਵਾ ਹੁਣ ਟਿਕਟਾਂ ਦਾ ਵਾ ਟਿਕਟਾਂ ਦੀ ਗੱਲ ਇਹ ਹੈ ਕਿ ਵੀ ਟਿਕਟਾਂ ਕਈ ਬੰਦੇ ਇਹੋ ਜਿਹੇ ਨੇ ਉਹਨਾਂ ਨੂੰ ਜਿੱਦਾਂ ਤੁਸੀਂ ਮੇਰੇ ਪੁਲ ਬਣਦੇ ਉਹਨਾਂ ਨੂੰ ਇਹ ਲੱਗਦਾ ਕਿ ਲਖਵੀਰ ਜੌਹਲ ਪਤਾ ਨਹੀਂ ਕੌਣ ਆ ਮੈਨੂੰ ਸੋ ਪਲੀਜ਼ ਇਹੋ ਜਿਹੀ ਕੋਈ ਵੀ ਮਤਲਬ ਮਿਸਅੰਡਰਸਟੈਂਡਿੰਗ ਨਾ ਰੱਖੋ ਤੁਸੀਂ ਜਦੋਂ ਮਰਜ਼ੀ ਮੈਨੂੰ ਫੋਨ ਕਰੋ ਮੇਰਾ ਫੋਨ ਤੁਹਾਡੇ ਸਕਰੀਨ 'ਤੇ ਵੀ ਹੋਊਗਾ 7186109799 ਜਾਂ ਮੇਰੇ ਪਾਰਟਨਰ ਸਨੀ ਹੀਰ ਨੂੰ ਕਾਲ ਕਰ ਦਿਓ ਦਬਾ ਕੇ ਫੋਨ ਕਰੋ ਇਹਨਾਂ ਨੂੰ ਟਿਕਟਾਂ ਲਈ ਪੁੱਛੋ ਇਹਨਾਂ ਨੂੰ ਸਨੀ ਹੀਰ ਦਾ ਨੰਬਰ ਹੈਗਾ 212-361-9806 ਤੁਸੀਂ ਜਦੋਂ ਮਰਜ਼ੀ ਫੋਨ ਕਰੋ ਤੁਹਾਨੂੰ ਟਿਕਟਸ ਤੁਹਾਡੇ ਘਰ ਤੱਕ ਡਿਲੀਵਰ ਕਰ ਦਾਂਗੇ ਇਹ ਸਾਡਾ ਵਾਦਾ ਵਾ ਸਾਡੀ ਟੀਮ ਵਰਕ ਹਰੇਕ ਟਾਊਨ ਦੇ ਵਿੱਚ ਆ ਵਿੱਚ ਮਿਲ ਗਏ ਜੇ ਇਹਨਾਂ ਨੂੰ ਤੁਸੀਂ ਤੰਗ ਕਰ ਦੇਣਾ ਇਹ ਟਿਕਟਾਂ ਘਰ ਘਰ ਪਹੁੰਚਾਉਂਦੇ ਰਹਿਣਗੇ ਘਰ ਘਰ ਤੇ ਨਹੀਂ ਬਟ ਹਾਂ ਤੁਹਾਨੂੰ ਥੋੜਾ ਬਹੁਤ ਡਿਸਕਾਊਂਟ ਜ਼ਰੂਰ ਮਿਲੇਗਾ ਪਲੀਜ਼ ਇਹਨਾਂ ਨੂੰ ਤੁਸੀਂ ਟਿਕਟਾਂ ਲਈ ਹੁਣੇ ਬੁੱਕ ਕਰਾ ਲਓ ਫੋਨ ਕਰ ਲਓ ਉੱਥੇ ਸਿੰਗਰਸ ਨੂੰ ਮਿਲਣ ਦਾ ਉਹਨਾਂ ਦੇ ਲਾਈਵ ਪ੍ਰੋਗਰਾਮ ਵੇਖਣ ਦਾ ਮੌਕਾ ਮਿਲੇਗਾ ਡਿਸਕਾਊਂਟ ਦੀ ਜਿਹੜੀ ਗੱਲ ਹੈ ਕਿ ਇਸ ਵਾਰ ਸਾਨੂੰ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਨੇ ਗ੍ਰੈਂਡ ਸਪਾਂਸਰਸ ਨੇ ਉਹਨਾਂ ਨੇ ਬਹੁਤ ਵਧੀਆ ਆਫਰ ਲਾਈ ਹੈ ਕਿ ਵੀ ਜਿਹੜਾ ਬੰਦਾ ਉੱਥੋਂ ਗ੍ਰੋਸਰੀ ਕਰਦਾ ਉਹਨਾਂ ਨੂੰ ਸਪੈਸ਼ਲ ਪ੍ਰਾਈਸ ਨੇ ਪਰ ਤੁਸੀਂ ਕੁਝ ਵਾਊਚਰ ਵਗੈਰਾ ਮਿਲੇਗਾ ਕਿੱਦਾਂ ਉਹ ਲੈਣਗੇ ਪ੍ਰਾਈਸ ਉਹ ਤੁਸੀਂ ਜਦੋਂ ਸਟੋਰ ਤੋਂ ਲੈ ਲੈਣੇ ਹੋ ਤੁਹਾਨੂੰ ਉੱਥੇ ਸੈਕਸ਼ਨ ਦੱਸਣੀ ਆ ਸਾਰੇ ਪੋਸਟਰ ਤੇ ਫਲਾਇਰ ਤੇ ਆਪਣੇ ਨਿਊਜ਼ਪੇਪਰ ਤੇ ਹੈਗੇ ਆ ਪਰ ਤੁਸੀਂ ਮੈਨੂੰ ਕਾਲ ਕਰੋ ਜਾਂ ਮੈਨੂੰ ਜਿਹੜੀ ਗੱਲ ਹੈਗੀ ਆ ਕਿ ਵੀ ਅਸੀਂ ਘਰ ਘਰ ਪਹੁੰਚਾਉਂਦੇ ਹੁਣ ਜਿਕਣ ਜਸਵਿੰਦਰ ਟੋਨੀ ਹੀ ਵਾਸ ਵਿਦ ਮੀ ਉਹ ਰਿਚਮਿੰਡ ਹਿਲ 'ਚ ਰਹਿੰਦਾ ਵਾ ਰਣਧੀਰ ਬਰਾੜ ਲੱਖੀ ਜੰਡੀ ਉਹ ਬੈਲ ਰੋਡ ਜਿੱਥੇ ਮੈਂ ਰਹਿੰਦਾ ਵਾਂ ਸੋ ਹਿਕਸਵਿਲ ਦੇ ਵਿੱਚ ਤੇਜਿੰਦਰ ਭਾਈ ਹੁਣ ਸਾਡੇ ਸਾਰੇ ਬੰਦੇ ਹਰੇਕ ਟਾਊਨ 'ਚ ਹੈਗੇ ਆ ਮਤਲਬ ਇੱਦਾਂ ਨਹੀਂ ਹੈਗਾ ਕਿ ਮੈਂ ਹੀ ਆਉਣਾ ਵਾਂ ਪਰ ਇੱਕ ਪਿਆਰ ਹੈ ਮਾਂ ਦੇ ਤੁਹਾਨੂੰ ਜਿਹੜਾ ਜੌਬ ਸਭ ਦੇ ਰਹੇ ਨੇ ਹਾਂਜੀ ਬਟ ਪਲੀਜ਼ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਚਲੋ ਜੀ ਛੋਟਾ ਜਿਹਾ ਅਸੀਂ ਬ੍ਰੇਕ ਕਰੀਏ ਕੋਈ ਗੱਲਾਂ ਬਾਤਾਂ ਹੋਰ ਕਰੀਏ ਬ੍ਰੇਕ ਦੇ ਦੌਰਾਨ ਮਿਲਦੇ ਹਾਂ ਆਫਟਰ ਦੀ ਬ੍ਰੇਕ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਰਿਚਮੰਡ ਹਲ ਵੱਲੋਂ ਸਮੂਹ ਟ੍ਰਾਈ ਸਟੇਟ ਦੀਆਂ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁੰਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਕੁਨਾਲ ਜਵੈਲਰ ਦੇ ਗਹਿਣੇ ਵਾਹ ਭਾਈ ਵਾਹ ਕਿਆ ਕਹਿਣੇ ਗਹਿਣਿਆਂ ਨਾਲ ਭਰ ਲੈ ਜਾਓ ਘਰਵਾਲੀ ਨੂੰ ਹੋਰ ਬਣਾਓ ਕੁਨਾਲ ਜਵੈਲਰ ਤੇ ਆਓ ਗਹਿਣਿਆਂ ਨਾਲ ਸੱਜ ਤੱਜ ਕੇ ਬਾਗੋ ਬਾਗ ਹੋ ਜਾਓ ਅਸੀਂ ਤੁਹਾਡੀ ਪਸੰਦ ਦੇ 22 ਅਤੇ 24 ਕੈਰਟ ਦੇ ਕੜੇ ਚੇਨ ਕੋਇਨਸ ਡਾਇਮੰਡ ਕੱਟ ਬੈਂਗਲਸ ਆਰਡਰ ਤੇ ਤਿਆਰ ਕਰਦੇ ਹਾਂ ਗਹਿਣਿਆਂ ਦੀ ਰਿਪੇਅਰ ਵੀ ਇੱਥੇ ਹੀ ਕਰਦੇ ਹਾਂ ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜਵੈਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200 ਯਾਦ ਰੱਖੋ ਕੁਨਾਲ ਜਵੈਲਰ 37-08 74 ਸਟਰੀਟ ਜੈਕਸਨ ਹਾਈਟਸ ਨਿਊਯਾਰਕ Breed Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready made or custom made, Breed Furniture can do it all. Te apni pasand da furniture khareedo. Balinder Singh ji nu aaj hi call karo 718-849-4530 or 917-774-8566. Breed Furniture. Plasma Records and Rajveer Entertainment present
three brothers, three stars, one great show. Punjabi Virsa 2014 USA, April 11th, Milwaukee, April 12th, New Jersey, April 13th, New York, April 19th, Plano, Texas, April 26th, Michigan. For more info, call 718-610-9799. 310-691-9218 Punjabi Virsa 2014 USA. वेलकम बैक जी. लखवीर जौल जी दे नाल मेरी हो रही है गलबात. पंजाबी विरसा टूर शुरू होने वाला 11 अप्रैल तो, जिस दे लई तुसी इन्हां नूं कर सकते हो फोन. फोन नंबर विखा दिओ जी स्क्रीन ते, फोन करने शुरू कर दिओ. टिकटां दे लई अपनी सीट हुणे ही बुक करा लो. वापस गलबात दा सिलसिला शुरू करदे आं. सो जौल साहब, वक्रे वक्रे शहर च टूर्स होंदे ने, ठीक है, कि तुसी भी अमेरिका दे न्यूयॉर्क तो अलावा या न्यू जर्सी तो अलावा होर किते भी टूर्स लई जांदे हो? हाँ जी हाँ जी, जिते हम बेसिकली ये देखा जाता कि साडा शो न्यूयॉर्क जिकने इस बार तो असं न्यूयॉर्क ने न्यू जर्सी का शो वन वीक पर रखता. बेसिकली साडा हुंदा महीने का डिफरेंस, सो वर्कआउट कर लईदा वा. फिर वो टैक्सस जिथे जिथे भी मतलब बहुत सारे प्रेमी ने जिन्हों शो देते साढ़े ने नाल नाल ट्रैवल कर लईदा. हाँ जी, मतलब कोई अवॉइड करीदा कि भी नहीं जाइए क्योंकि डेबू भाजी होंगे. कई बार कहते नहीं नहीं चलो चलिए चलो चलिए, क्योंकि जो घर का विह हों घर का शो हों तो देख नहीं सकते. वह बाहर कितने जाके बह के आराम ने पिछे हैड जी लैके लोग के बहे देखे ना, फिर आराम शो देखी दा. क्योंकि जो शो शुरू होंगे एक वक्री एनर्जी होंगी है, अपनी मस्ती नचता है कमल हीर. फिर जो नचता वो रब ना तारा जोड़ लेंदा. आर्टिस्ट कोई भी है जिन्हों गाना आता वो उस मालिक की रजा च जाके गल करता. कमल हीर जी दी परफॉर्मेंस दी गल हुई है, प्लीज कमल हीर जी दी कोई परफॉर्मेंस सानू विखा दिओ. असी गल हो रही है कि रब नाल जुड़ जांदे और वाकई स्टेज ते जदों मैं उन्होंने देखा हैगा एक बहुत सुरूर उन्हां दे उपर एक जोश एक जनून हुंदा है और वाकई वो बिल्कुल डिफरेंट वर्ल्ड हुंदा है, दूजी दुनिया हुंदी है. मोहब्बत दी मेरे हिस्से दा भी दुख हस के सह लेंदी है. मेरे दिल दी रानी मूर्त इक मोहब्बत दी मेरे हिस्से दा भी दुख हस के सह लेंदी है. This is the latest song is released on, I think,
ਫੈਬਰੀ ਚ ਵੈਲੈਂਟਾਈਨ ਐਗਜ਼ੈਕਟਲੀ ਸੋ ਪਿਆਰ ਭਰੇ ਜਿਹਾ ਗਾਣਾ ਸੀਗਾ ਇਹ ਬਿਲਕੁਲ ਠੀਕ ਹੈ ਹਾਂਜੀ ਵਾਕਈ ਜਲ ਸਾਹਿਬ ਸਟੇਜ ਦੀ ਜੋ ਸਿੰਗਰਸ ਦੀ ਪਰਫਾਰਮੈਂਸ ਹੈ ਇੱਕ ਹੁੰਦਾ ਪਲੇਬੈਕ ਸਿੰਗਰ ਜਿਹੜਾ ਸਟੂਡੀਓ ਦੇ ਵਿੱਚ ਜਾ ਕੇ ਰਿਕਾਰਡਿੰਗ ਕਰ ਰਿਹਾ ਆ ਔਰ ਚਲੋ ਵੀਡੀਓ ਦੇ ਵਿੱਚ ਵੀ ਸਾਰਾ ਕ੍ਰੈਡਿਟ ਜਿਹੜਾ ਮਾਡਲਸ ਨੂੰ ਚਲਾ ਜਾਂਦਾ ਹੈ ਠੀਕ ਹੈ ਚਾਹੇ ਉਹਨਾਂ ਦੀ ਕਹਿ ਲਓ ਕਿ ਉਹ ਉਨੇ ਕੰਫਰਟੇਬਲ ਨਹੀਂ ਹੈਗੇ ਜਾਂ ਪਰਫਾਰਮੈਂਸ 'ਚ ਉਨੀ ਗੱਲ ਨਹੀਂ ਹੈ ਉਹ ਸਟੇਜ ਤੇ ਪਰਫਾਰਮ ਨਹੀਂ ਕਰਦੇ ਨਹੀਂ ਕਰ ਸਕਦੇ ਰਾਈਟ ਕਿਉਂਕਿ ਇੱਕ ਹੁਨਰ ਦਿੱਤਾ ਹੁੰਦਾ ਮਾਲਕ ਨੇ ਇੱਕ ਤੁਹਾਨੂੰ ਜਿਹੜੀ ਕਲਾ ਦਿੱਤੀ ਹੁੰਦੀ ਹੈ ਨਾ ਉਹ ਕਿਸੇ ਕਿਸੇ ਦੇ ਹਿੱਸੇ 'ਚ ਹੁੰਦੀ ਹੈ ਬਿਲਕੁਲ ਜਿਕਣ ਵਾਰਸ ਭਾਜੀ ਆ ਜੀ ਉਹ ਲੋ ਵੀ ਗਾਉਂਦੇ ਨੇ ਉਹ ਹਾਈ ਪਿੱਚ ਵੀ ਗਾਉਂਦੇ ਹੁਣ ਕੁਛ ਆਰਟਿਸਟ ਨੇ ਜਿਹੜੇ ਹਾਈ ਪਿੱਚ ਗਾ ਲੈਂਦੇ ਪਰ ਕਲਾਸੀਕਲ 'ਚ ਨਹੀਂ ਗਾ ਸਕਦੇ ਨਹੀਂ ਗਾ ਸਕਦੇ ਪਰ ਜਦੋਂ ਵਾਰਸ ਭਾਜੀ ਹਾਈ ਪਿੱਚ ਜਾਂਦੇ ਨੇ ਜਦੋਂ ਉਹਨਾਂ ਦੀ ਹਰਕਤ ਹੁੰਦੀ ਆ ਸ਼ੋ ਜਾਂਦੀ ਹੈ ਜਦੋਂ 2010 ਦੇ ਵਿੱਚ ਮੇਲਾ ਕੀਤਾ ਸੀਗਾ ਆਪਣਾ HVQV ਪਾਰਕ ਦੇ ਵਿੱਚ ਅਤੇ ਸਮਾਂ ਥੋੜ੍ਹਾ ਰਹਿ ਗਿਆ ਸੀਗਾ ਅਤੇ ਮੈਂ ਮਸਾਂ 10-15 ਮਿੰਟ ਲੈ ਕੇ ਪਾਰਕ ਵਾਲਿਆਂ ਤੋਂ ਕਿਹਾ ਸੀ ਅਤੇ ਮੈਂ ਭਾਅ ਜੀ ਨੂੰ ਕਹਿਤਾ ਭਾਅ ਜੀ ਸੋਰੀ 15 ਮਿੰਟਾਂ ਕਿਉਂਕਿ ਹਰੇਕ ਆਰਟਿਸਟ ਦਾ ਇੱਕ ਹੁੰਦਾ ਕਿ ਵੀ ਯਾਰ ਆਡੀਅੰਸ ਆ ਗਈ ਨਾ ਹੁਣ ਮੇਰੀ ਜੋਬ ਆ ਇਹ ਆ ਗਏ ਇਹਨਾਂ ਨੇ ਆਪਣੀ ਜੋਬ ਕਰ ਲਈ ਆ ਇਹ ਇਹਨਾਂ ਨੂੰ ਪਿਆਰ ਦਿੱਤਾ ਹੁਣ ਮੈਂ ਇਹਨਾਂ ਨੂੰ ਪਿਆਰ ਦੇਣਾ ਅਤੇ ਮੇਰੇ ਤੋਂ ਹੀ ਖੁਸ਼ ਹੋ ਕੇ ਜਾਣ ਹਰੇਕ ਆਰਟਿਸਟ ਨਾਟ ਮਨੋਂ ਵਾਰਸ ਹਰੇਕ ਆਰਟਿਸਟ ਦਾ ਇਹੀ ਹੁੰਦਾ ਕਿ ਵੀ ਮੈਂ ਇਹਨਾਂ ਨੂੰ ਖੁਸ਼ ਕਰਨਾ ਉਹ ਫਿਰ ਆਪਣੀ ਜਾਨ ਤੋੜ ਕੇ ਲਾਉਣਾ ਹੁੰਦਾ ਅਤੇ ਫਿਰ ਮੈਂ ਜਦੋਂ ਉਹਨਾਂ ਨੂੰ ਘੜੀ ਦਿਖਾਈ ਤਾਂ ਉਹ ਕਹਿੰਦੇ ਯਾਰ ਕਿ ਮੈਂ ਤਾਂ ਫਿਰ ਕੁਛ ਕਰ ਦਿਉ ਫਿਰ ਉਹਨਾਂ ਨੇ ਜਦੇ ਹੀ ਗਾਣਾ ਚੇਂਜ ਕਰਕੇ ਗਾਣਾ ਗਾਇਆ ਸੀ ਮੈਨੂੰ ਯਾਦ ਆ ਦੁਨੀਆ ਮੇਲੇ ਜਾਂਦੀ ਹੈ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਮਤਲਬ ਮੁੰਡੇ ਤਾਂ ਭੰਗੜਾ ਪਾਉਂਦੇ ਆ ਕੁੜੀਆਂ ਇੱਕ ਕੁੜੀ ਦੇ ਉੱਪਰ ਮੋਢਿਆਂ 'ਤੇ ਬਹਿ ਕੇ ਭੰਗੜਾ ਪਾਇਆ ਦੈਟ ਵਾਜ਼ ਅਮੇਜ਼ਿੰਗ ਮੈਂ ਮਤਲਬ ਸ਼ੋ ਦੇਖੇ ਨੇ ਨਾ ਮਤਲਬ ਇੱਕ ਸਰੂਰ ਖੜਾ ਕਰਦੇ ਨੇ ਜਦੋਂ ਹਾਈ ਪਿੱਚ 'ਚ ਗਾਉਂਦੇ ਨੇ ਦੇਖ ਲਾ ਕੇ ਜਿਕਣ ਮਿਸ ਪੂਜਾ ਜੀ ਦਾ ਰੋਸ਼ਨ ਦਾ ਅਸੀਂ ਕੀਤਾ ਸੀ ਸ਼ੋ ਉਹਦੇ ਵਿੱਚ ਵੀ ਮਤਲਬ ਰੋਸ਼ਨ ਆਡੀਅੰਸ 'ਚ ਜਾ ਕੇ ਨੱਚਿਆ ਲੋਕ ਨੱਚਦੇ ਮਤਲਬ ਉਹ ਇੱਕ ਇੱਕ ਹਰੇਕ ਆਰਟਿਸਟ ਦੇ ਬਸ ਦੀ ਗੱਲ ਨਹੀਂ ਹੁੰਦੀ ਕਿ ਆਡੀਅੰਸ ਨੂੰ ਕਿੱਦਾਂ ਟਰੈਕ ਕਰਨਾ ਸਟੇਜ 'ਤੇ ਕੁਛ ਜਿਵੇਂ ਤੁਸੀਂ ਗੱਲ ਕੀਤੀ ਕੁਛ ਪਲੇਬੈਕ ਸਿੰਗਰ ਹੁੰਦੇ ਆ ਉਹ ਸਟੂਡੀਓ 'ਚ ਹੀ ਗਾ ਸਕਦੇ ਪਰ ਇਹਨਾਂ ਭਰਾਵਾਂ 'ਤੇ ਬੜੀ ਉਸ ਮਾਲਕ ਦੀ ਕਿਰਪਾ ਸਟੂਡੀਓ 'ਚ ਤਾਂ ਗਾਉਂਦੇ ਆ ਪਰ ਇਹ ਲਾਈਵ ਕਰਦੇ ਆ ਵਾਕਈ ਜੋਲ ਸਾਹਿਬ ਤੋਂ ਹਲੇ ਟਿਕਟਾਂ ਦੇ ਬਾਰੇ ਵੀ ਪੁੱਛਣਾ ਹੈਗਾ ਹੋਰ ਥੋੜ੍ਹੀ ਬਹੁਤ ਇਨਫੋਰਮੇਸ਼ਨ ਲੈਣੀ ਹੈ ਪ੍ਰੋਗਰਾਮ ਦੇ ਵਿੱਚ ਹਲੇ ਸਮਾਂ ਹੈਗਾ ਆਰਾਮ ਦੇ ਨਾਲ ਤੁਸੀਂ ਬੈਠ ਕੇ ਚੈਨਲ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਗੁਰਦੁਆਰਾ ਸਿੱਕਲ ਸੁਸਾਇਟੀ ਰਿਚਮੰਡ ਹਲ ਵੱਲੋਂ ਸਮੂਹ ਟ੍ਰਾਈ ਸਟੇਟ ਦੀਆਂ ਸੰਗਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁੰਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਮਿਰਾਜ ਬੈਂਕਟ ਹਾਲ ਐਂਡ ਰੈਸਟੋਰੈਂਟ वेडिंग होवे या बर्थडे पार्टी मिराज है परफेक्ट हर सेलिब्रेशन ले मिराज इंडियन क्यूजिन विद प्रॉपर सिटिंग फैसिलिटी विजिटर्स ले प्राइवेट पार्किंग फैसिलिटी भी अवेलेबल है ਆਪਣੀ ਜਵੈਲਰੀ ਕਿਹੜੇ ਵੀ ਰੱਖ ਸਕਦੇ ਹੋ ਲੋਨ ਫੋਰ ਗੋਲਡ ਆਪਣਾ ਸੋਨਾ ਰੱਖੋ ਤੇ ਲੈ ਜਾਓ ਕੈਸ਼ ਐਨੀ ਇਨਕੁਆਇਰੀ ਕਾਲ ਇੰਦਰਜੀਤ ਸਿੰਘ ਜਾਂ ਵਿਜ਼ਿਟ ਕਰੋ ਚੀਨਾ ਜਵੈਲਰਸ ਰੂਪਲ ਲਾ ਐਫੀਸ਼ੀਐਂਟ ਲੀਗਲ ਸਰਵਿਸ ਪ੍ਰੋਵਾਈਡਰ ਜਦੋਂ ਆਪਣੇ ਪੰਜਾਬੀ ਲੋਕਾਂ ਨੂੰ ਕੋਈ ਲੀਗਲ ਪ੍ਰੋਬਲਮ ਹੋ ਜਾਂਦੀ ਹੈ ਉਹ ਗੋਰੇ ਵਕੀਲਾਂ ਕੋਲ ਜਾਂਦੇ ਨੇ ਜਾਂ ਕਾਲੇ ਵਕੀਲਾਂ ਕੋਲ ਜਾਂਦੇ ਨੇ ਉਹਨਾਂ ਨੂੰ ਆਪਣੀਆਂ ਗੱਲਾਂ ਸਮਝਾਉਣੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਵੀ ਸਪੈਸ਼ਲਾਈਜ਼ ਇਨ ਇਮੀਗ੍ਰੇਸ਼ਨ ਲਾ ਫੈਮਿਲੀ ਲਾ ਸਿਵਲ ਲਿਟੀਗੇਸ਼ਨ ਵਿਲਸ ਐਂਡ ਟਰਸਟਸ
ਕਲਾਇੰਟਸ ਨਾਲ ਓਪਨ ਤੇ ਇਫੈਕਟਿਵ ਕਮਿਊਨੀਕੇਸ਼ਨ ਨਾਲ ਸੋਲਵ ਕਰਦੇ ਹਨ ਹਰ ਮੈਟਰ। ਮੈਂ ਚਾਹਨਾ ਕਿ ਜਿਹੜੇ ਆਪਣੇ ਇੱਥੇ ਦੇ ਪੰਜਾਬੀ ਲੋਕ ਨੇ ਜਾਂ ਇੰਡੀਅਨ ਲੋਕ ਨੇ ਉਹਨਾਂ ਨੂੰ ਮੈਂ ਸਰਵ ਕਰਾਂ। ਬੈਟਰ ਸੋਲਿਊਸ਼ਨਸ ਤੇ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 9512412571। वेलकम बैक जी लखवीर जौल जी मेरे नाल जिहड़े कि पंजाबी विरसा टूर 2014 शुरू होने जा रहा है इन्हां दे मोढ़ियां ते सारी जिम्मेवारी पुछदे हां लखवीर जौल जी जिहड़ी सब तो सस्ती टिकट है वह किन्ने दी है? जिहड़ी टिकट्स हैगियां वह असीं शुरू कीती है क्योंकि अक्सर की हुंदा कि जदों एक फैमिली नाल गल करदे हां ना ਹਰੇਕ ਦੇ ਪਲੈਨਸ ਹੁੰਦੇ ਆ ਕਿ ਵੀ ਓਕੇ ਵੀਕਐਂਡ 'ਤੇ ਅਸੀਂ ਕੁਛ ਪੈਸੇ ਖਰਚਣੇ ਜਾਂ ਸ਼ੋਅ 'ਤੇ ਫੌਜ ਜਾ ਸਕਦੇ ਹਾਂ ਅਤੇ ਸੋ ਉਸ ਚੀਜ਼ ਨੂੰ ਐਤਕੀ ਨਜ਼ਰ ਰੱਖਦੇ ਹੋਏ ਪਹਿਲੀ ਵਾਰ ਅਸੀਂ ਜਿਹੜੀ ਟਿਕਟ ਪ੍ਰਾਈਜ਼ ਆ ਲੋਸਟ ਪ੍ਰਾਈਜ਼ ਅਸੀਂ $25 ਰੱਖੀ ਆ। ਓਹ ਦੈਟਸ ਇਟ ਦੈਟਸ ਇਟ ਉਹ ਪਿੱਛੇ ਬਹਿਣਾ ਪਏਗਾ ਸਭ ਤੋਂ ਪਿੱਛੇ ਨਹੀਂ ਜਿਹੜਾ ਗੋਲਡਨ ਸੈਂਟਰ ਇਜ਼ ਵੈਰੀ ਨਾਈਸ ਹਾਲ ਹਾਂ ਗੋਲਡਨ ਸੈਂਟਰ ਬਹੁਤ ਵਧੀਆ ਹੈ ਬਹੁਤ ਵਧੀਆ ਔਰ ਦੂਸਰੀ ਗੱਲ ਇਹ ਹੈ ਕਿ $25 ਵਾਲੀ ਟਿਕਟ ਸਾਡੇ ਕੋਲ ਆਈ ਥਿੰਕ ਦੁਕਾਨਾਂ ਦੇ ਉੱਤੇ ਆਪਣੇ ਸੂਰੀਆ ਸਵੀਟ ਸ਼ੋਪ ਉਹਨਾਂ ਕੋਲ ਹੈਗੀਆਂ ਕੁਛ ਟਿਕਟਾਂ ਤੇ ਬਾਬਾ ਗਰੋਸਰੀ ਵਾਲਿਆਂ ਕੋਲ ਕੁਛ ਪਈਆਂ ਉਹਨਾਂ ਸਾਡੇ ਕੋਲੋਂ ਟਿਕਟਾਂ ਸਾਰੀਆਂ ਉਹ ਜਾ ਚੁੱਕੀਆਂ। ਫਿਰ ਉਸ ਤੋਂ ਬਾਅਦ ਇਹ ਹੈਗਾ ਕਿ ਵੀ ਨੈਕਸਟ ਟਿਕਟ ਜਿਹੜੀ ਆ 55 ਦੀ ਆ ਠੀਕ ਹੈ ਪਰ ਜੇ ਤੁਸੀਂ ਆਪਣਾ ਵਿਆਰ ਤੇ ਜਾਓਗੇ ਕਿਸੇ ਵੀ ਲੋਕੇਸ਼ਨ ਤੇ ਉਹ ਟਿਕਟ ਤੁਹਾਨੂੰ 35 ਦੀ ਮਿਲੇਗੀ ਠੀਕ ਹੈ ਦੇ ਪੇਇੰਗ $20 ਤੇ ਜਿਹੜੀ $100 ਦੀ ਟਿਕਟ ਹੈਗੀ ਆ ਉਹ $70 ਦੀ ਮਿਲੇਗੀ ਆਪਣਾ ਬਾਜ਼ਾਰ ਤੇ ਆਪਣਾ ਵਿਆਰ ਤੋਂ ਤੁਸੀਂ ਜਾ ਕੇ ਕਿਸੇ ਵੀ ਤੋਂ ਜਦੋਂ ਗਰੋਸਰੀ ਕਰਦੇ ਉਹਨਾਂ ਨੂੰ ਪੁੱਛੋ ਕਿ ਪੰਜਾਬੀ ਵਿਰਸੇ ਦੀਆਂ ਟਿਕਟਾਂ ਦੇ ਵੱਲ ਚੱਲ ਜੂ ਤੇ ਤੁਸੀਂ ਉਹਨਾਂ ਤੋਂ ਪੁੱਛ ਕੇ ਤੇ ਸਾਨੂੰ ਕਾਲ ਕਰੋ ਤੁਹਾਨੂੰ ਟਿਕਟਾਂ ਮਿਲਣਗੀਆਂ। ਫਿਰ ਜੇ ਨਹੀਂ ਪੁੱਛ ਕੇ ਹੁਣ ਤੁਹਾਨੂੰ ਕਿ ਉੱਥੇ ਜਾਓ ਟਿਕਟਾਂ ਲੈ ਲਓ ਨਹੀਂ ਉਹ ਟਿਕਟਾਂ ਦਾ ਨਹੀਂ ਮਿਲਣਗੀਆਂ ਉੱਥੇ ਜਾ ਕੇ ਟਿਕਟਾਂ ਉਹਨਾਂ ਨੂੰ ਉੱਥੇ ਨਹੀਂ ਮਿਲਣਗੀਆਂ ਟਿਕਟਾਂ ਸਪੈਸ਼ਲ ਹੁੰਦਾ ਜਿਹੜਾ ਹੈਗਾ ਟਿਕਟ ਉਹਨਾਂ ਤੋਂ ਡਿਲੀਵਰ ਕਰੂਗਾ ਕਿਉਂਕਿ ਕੁਛ ਰੱਖਿਆ ਹੁੰਦਾ ਨਾ ਬਿਲਕੁਲ ਠੀਕ ਹੈ। ਸੋ ਜਿਹੜੀ $150 ਦੀ ਟਿਕਟ ਆ ਉਹ $100 ਦੀ ਉਹ ਆਪਣਾ ਵਿਆਰ ਡਿਫਰੈਂਸ ਸਾਨੂੰ ਪੇ ਕਰਨਗੇ ਤੇ ਅਸੀਂ ਕਸਟਮਰਾਂ ਤੋਂ ਲੈਸ ਮਨੀ ਲਵਾਂਗੇ। ਸੋ ਇਹ ਹੈ ਕਿ ਵੀ ਉਹ ਸਾਰਿਆਂ ਦੇ ਹੀ ਬੈਨੀਫਿਟ ਹੋਏਗਾ ਕਿ ਵੀ ਉਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ ਵਾ। ਸੋ ਕੋਸ਼ਿਸ਼ ਹੈ ਕਿ ਵੀ ਤੁਸੀਂ ਟਿਕਟਾਂ ਜਿੰਨੀ ਜਲਦੀ ਆਪਣੀਆਂ ਕਲੈਕਟ ਕਰੋ। ਜਲ ਜੀ ਇੱਕ ਗੱਲ ਹੁੰਦੀ ਹੈ ਕਿ ਜਿਹੜੇ ਆਪਣੇ ਹੁੰਦੇ ਆ ਪਲੀਜ਼ ਆਪਣੇ ਮਾਈਂਡ ਨਾ ਕਰਨਾ ਜੀ। ਉਹ ਕਈ ਵਾਰ ਕਹਿੰਦੇ ਆ ਕਿ ਸਾਨੂੰ ਬਹੁਤ ਸਾਰੀਆਂ ਟਿਕਟਾਂ ਤੁਸੀਂ ਦੇ ਦਿਓ, ਤੁਸੀਂ ਕਿੱਦਾਂ ਰਿਐਕਟ ਕਰਦੇ ਹੋ? ਆਪਣੇ ਜਿਹੜੇ ਹੁੰਦੇ ਆ ਜਲ ਸਾਹਿਬ ਇੱਦਾਂ ਆ ਸ਼ੋਅ ਕਰ ਰਹੇ ਹੋ ਫਿਰ ਸਾਡੀ ਫੈਮਿਲੀ ਹੈਗੀ ਆ ਤੇ ਮਾੜੀ ਜੀਆਂ 10 ਟਿਕਟਾਂ ਜਰਾ ਦਿਓ ਸਾਨੂੰ। ਹਾਊ ਯੂ ਰਿਐਕਟ? ਮੈਂ ਸਾਰੇ ਪ੍ਰਮੋਟਰਸ ਦੀ ਇੱਕ ਆਵਾਜ਼ ਬਣ ਕੇ ਗੱਲ ਕਰ ਰਹੀ ਆ ਬਿਕਾਜ਼ ਜੇ ਕੋਈ ਵੀ ਇਵੈਂਟ ਕਰਾਉਂਦਾ ਉਸ ਦੇ ਬਹੁਤ ਖਰਚੇ ਹੁੰਦੇ ਨੇ ਔਰ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਨੇ, ਸੋ ਤੁਸੀਂ ਕਿੱਦਾਂ ਰਿਐਕਟ ਕਰਦੇ ਹੋ? ਤੁਹਾਡੇ ਆਪਣੇ ਆ, ਤੁਸੀਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੇ। ਨਹੀਂ ਜਦੋਂ ਕਹਿੰਦੇ ਆ ਫਿਰ ਉਹ ਮੂੰਹ ਸੱਜ ਜਾਂਦੇ। ਕਿਉਂ ਕੋਈ ਵੀ ਸਟੋਰ ਕੁਛ ਵੀ ਕਰ ਰਿਹਾ ਵਾ ਉਹਨਾਂ ਨੇ ਉਤੋਂ ਸਮਾਨ ਲੈਣਾ। ਠੀਕ ਹੈ ਬਿਲਕੁਲ। ਜੇ ਮੰਨ ਲਓ ਹੁਣ ਤੁਸੀਂ ਸਟੋਰ ਖੋਲ ਰਹੇ ਹੋ ਕਿਸੇ ਵੀ ਗ੍ਰੋਸਰੀ ਸਟੋਰ ਖੋਲਿਆ ਜਾਂ ਕੁਛ ਵੀ ਆ, ਜੇ ਮੈਂ ਉੱਥੇ ਆ ਕੇ ਕਹਾਂ ਓਕੇ ਜੀ ਯਾਰੀ ਜੀ ਤੁਸੀਂ ਨਵਾਂ ਸਟੋਰ ਖੋਲਿਆ ਵਾ ਜੀ ਵਾ ਕੋਈ ਕੋ ਦਿਓ ਜਰਾ ਸਬਜ਼ੀਆਂ ਸੁਬਜ਼ੀਆਂ ਪੈਕ ਕਰ ਦਿਓ ਪੈਕ ਕਰ ਦਿਓ ਤੇ ਚਾਰ ਤੁਸੀਂ ਮੈਨੂੰ ਬਿਲਕੁਲ ਚੰਗੇ ਨਹੀਂ ਲੱਗੋਗੇ ਉਸ ਨੂੰ ਕਰਦੇ ਕਿਉਂਕਿ ਉਹ ਬਿਜ਼ਨਸ ਹੈ ਨਾ, ਉਹ ਕੰਮ ਹੈ, ਤੁਹਾਡੀ ਰੋਜ਼ੀ ਰੋਟੀ ਹੈ। ਉਹ ਤੁਸੀਂ ਕਾਟੇ ਦੇ ਬੋਰੇ ਚੋਂ ਕੋਈ ਵੀ ਗ੍ਰੋਸਰੀ ਸਟੋਰ ਆ ਉਹ ਡਾਲਰ ਜਾਂ $2 ਕਮਾਊਗਾ। ਹਾਂਜੀ ਤੇ ਉਹਨੂੰ $10 ਕੋਸਟ ਕਰਦੇ ਉਹ ਵੀ ਆਪਣਾ ਬਾਜ਼ਾਰ ਵਾਲੇ ਸੇਲ ਲਾਈ ਰੱਖਦੇ ਆ ਹਰ ਵਕਤ। ਹਾਂਜੀ ਸਾਰਿਆਂ ਲਈ ਵਧੀਆ ਗੱਲ ਹੈ ਨਾ ਕਿ ਸਭ ਤੋਂ ਬੈਸਟ ਹੁਣ ਹਿਕਸਵੈਲ ਦਾ ਸਟੋਰ ਆ ਤੁਸੀਂ ਉੱਥੇ ਜਾ ਕੇ ਹੈਲਪ ਕਰਦੇ ਹੋ, ਏਦਾਂ ਹੀ ਸਾਡਾ ਬਿਜ਼ਨਸ ਆ। ਸਾਡੀ ਟਿਕਟ ਹੈਗੀ ਆ ਜਿਹੜੀ $25 ਦੀ ਆ ਉਹਦੇ ਵਿੱਚ ਸਾਨੂੰ ਪੈਸੇ ਪੈਂਦੇ ਆ ਕਿਉਂਕਿ ਇੱਕ ਸੀਟ ਸਾਨੂੰ $45 ਹਾਂ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਜੋ ਤੁਸੀਂ ਸ਼ੋਅ ਅਰੇਂਜ ਕੀਤਾ ਹੈ ਤੁਹਾਡੇ ਸਿੰਗਰਸ ਆ ਰਹੇ ਆ ਉਹਨਾਂ ਨੂੰ ਪਤਾ ਚੱਲੇ ਕਿ ਤੁਹਾਡੀ ਆਡੀਅੰਸ ਤੁਹਾਨੂੰ ਪਿਆਰ ਕਰਦੀ ਹੈ।
ਕਰਦੀ ਹੈ ਉਸ ਦੇ ਲਈ ਜੇ ਤੁਸੀਂ ਕਾਸਟ ਟੂ ਕਾਸਟ ਵੀ ਵੇਚ ਰਹੇ ਹੋ ਥੋੜੀ ਘੱਟ ਕਾਸਟ ਤੇ ਵੀ ਵੇਚ ਰਹੇ ਹੋ ਤੁਹਾਡੇ ਸਿੰਗਰਸ ਨੂੰ ਚੰਗਾ ਲੱਗ ਰਿਹਾ ਨਹੀਂ ਸਾਰਿਆਂ ਲਈ ਚੰਗਾ ਹੁੰਦਾ ਉਹ ਆਪ ਨੂੰ ਵੀ ਮੈਂ ਮਾਣ ਮਹਿਸੂਸ ਹੁੰਦਾ ਕਿ ਵੀ ਅਸੀਂ ਸ਼ੋਅ ਸਕਸੈਸਫੁਲ ਗਿਆ ਜਦੋਂ ਤੱਕ ਲੋਕ ਨਹੀਂ ਆਉਂਦੇ ਉਹਦੇ ਤੇ ਇਕੱਲੇ ਦੀ ਪਰਫਾਰਮੈਂਸ ਦਾ ਕੋਈ अपनी सीट ते बैठूगा ओनू टिकट पूरी लगूगी नथिंग आई कैन डू क्योंकि हाल दी रिक्वायरमेंट्स इंश्योरेंस पॉलिसी फायर डिपार्टमेंट दी हुंदी पर जिहड़ा बच्चा गोदी च बह सकदा उहदी टिकट फ्री होएगी हाँ ते फिर ते बच्चियां नाल आ सकदे आ फिर हां जी ए प्लीज मेरी रिक्वेस्ट है कि भी खास करके जिहड़े साडे हुंदे आ बंदे ओह कहिंदे भी नहीं बच्चे नहीं आउणा चाहुंदे ओह जे बच्चे नूं असीं लै के नहीं आवांगे हाउ दे विल लर्न नहीं और खास तौर ते जदों पंजाबी ਦੀ ਗੱਲ ਹੋ ਰਹੀ ਹੈ ਪੰਜਾਬੀਅਤ ਦੀ ਨੱਚਣ ਗਾਣ ਦੀ ਗੱਲ ਹੋ ਰਹੀ ਹੈ ਸਟੇਜ ਪਰਫਾਰਮੈਂਸ ਹੈਗੀ ਹੈ ਮਿਊਜ਼ਿਕ ਹੈ ਦੀ ਕੋਈ ਭਾਸ਼ਾ ਨਹੀਂ ਇਹਦੀ ਕੋਈ ਭਾਸ਼ਾ ਨਹੀਂ ਹੁੰਦੀ ਇਹਦੀ ਕੋਈ ਭਾਸ਼ਾ ਨਹੀਂ ਹੈਗੀ ਔਰ ਈਜ਼ੀ ਟੂ ਟਰੈਕ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਬੱਚੇ ਨੂੰ ਉਹ ਬਹੁਤ ਜਲਦੀ ਆਪ ਗੱਲ ਖਿੱਚ ਲੈਂਦਾ ਹਾਂ ਬਿਲਕੁਲ ਠੀਕ ਕਿਉਂਕਿ ਕਹਿੰਦੇ ਹੁੰਦੇ ਨੱਚਣ ਵਾਲੇ ਦੇ ਪੈਰ ਨਹੀਂ ਰਹਿੰਦੇ ਨਾ ਸੋ ਉਹ ਜਿਹੜਾ ਮਿਊਜ਼ਿਕ ਆ ਜਦੋਂ ਉਹ ਮਿਊਜ਼ਿਕ ਕੋਈ ਬੱਚਾ ਵੀ ਹੈ ਨਾ ਉਹ ਉਸ ਪਾਸੋਂ ਜਿਕਰ ਮੈਂ ਤੁਹਾਨੂੰ ਦੱਸਿਆ ਕਿ ਵੀ ਮੈਂ ਪੰਜਾਬੀ ਗਾਣੇ ਨਹੀਂ ਸੁਣਦਾ ਸੋ ਆਪ ਕੇਮ ਟੂ ਦੈਟ ਵੇ ਅੱਜ ਤੁਸੀਂ ਕਿੰਨਾ ਨਾਮ ਕਮਾਇਆ ਕਿੱਥੇ ਆ ਗਏ ਆ ਸੋ ਇਸ ਕਰਕੇ ਮੇਰੀ ਰਿਕੁਐਸਟ ਆ ਕਿ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਹਾਂ ਜੇ ਤੁਹਾਨੂੰ ਟਿਕਟ ਦੀ ਲੱਗਦੀ ਹੈ ਕਿ ਵੀ ਬੱਚਾ 7-8 ਸਾਲ ਦਾ ਤਾਂ ਪਲੀਜ਼ ਕਾਲ ਕਰ ਲਿਓ ਮੈਨੂੰ ਆਪ ਲੈਟਸ ਸੀ ਵਾਟ ਆਈ ਕੈਨ ਡੂ ਫੋਰ ਦੈਟ ਦੋਨੋਂ ਮੰਮੀ ਡੈਡੀ ਦੀ ਝੋਲੀ 'ਚ ਪੈ ਜਾਏਗਾ ਨਹੀਂ ਮਜ਼ਾਕ ਕਰ ਰਹੇ ਸੀਟ ਵੀ ਹੋਏਗੀ ਤਾਂ ਆਈ ਟ੍ਰਾਈ ਟੂ ਹੈਲਪ ਥੈਮ ਇਫ ਆਈ ਕੈਨ ਬਿਲਕੁਲ ਠੀਕ ਹੈ ਬੱਚਿਆਂ ਨੂੰ ਲੈ ਕੇ ਆਓ ਕਿਉਂਕਿ ਵਾਰਸਭਾਜੀ ਵੀ ਹੋਕਾ ਦਿੰਦੇ ਹੁੰਦੇ ਆ ਕਿ ਬੱਚਿਆਂ ਨੂੰ ਦੱਸਿਓ ਪੰਜਾਬ ਕਿਹਨੂੰ ਕਹਿੰਦੇ ਆ ਉਹਨਾਂ ਦਾ ਗਾਣਾ ਵੀ ਸੀ ਕਿ ਇੱਕ ਜੇ ਅਸੀਂ ਇਸ ਕੰਟਰੀ 'ਚ ਰਹਿੰਦੇ ਹਾਂ ਸਾਡੇ ਬੱਚੇ ਲਿਖਣੀ ਤਾਂ ਬੋਲਣੀ ਜ਼ਰੂਰ ਹੋਣੀ ਚਾਹੀਦੀ ਹੈ ਪੰਜਾਬੀ ਬਿਲਕੁਲ ਠੀਕ ਕਿਉਂਕਿ ਦਿਸ ਇਜ਼ ਅ ਸੈਕਿੰਡ ਜਨਰੇਸ਼ਨ ਇਨ ਯੂਨਾਈਟਿਡ ਸਟੇਟ ਅਤੇ ਸਾਨੂੰ ਲੋੜ ਆ ਬੱਚਿਆਂ ਨੂੰ ਪੰਜਾਬੀ ਕਿਉਂਕਿ ਕੱਲ੍ਹ ਉਹਨਾਂ ਨੇ ਗਾਂਹ ਜਾਣਾ ਪੋਲੀਟਿਸ਼ਨ 'ਚ ਜਾਣਾ ਵਾ ਅੱਗੇ ਵੱਧ ਰਹੇ ਨੇ ਸੋ ਇਸ ਲਈ ਸਾਡੇ ਬੱਚਿਆਂ ਨੂੰ ਪੰਜਾਬੀ ਸਾਡਾ ਸੱਭਿਆਚਾਰ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿੱਥੋਂ ਚੱਲੇ ਕਿੱਥੋਂ ਤੁਰੇ ਕਿਉਂਕਿ ਇੱਕ ਇਨਸਾਨ ਹੁਣ ਜਿਹੜਾ ਵਾ ਆਪਣਾ ਕੰਮ ਕਰਦਾ ਉਹਦਾ ਕੰਮ ਆ ਇੰਡੀਆ ਤੋਂ ਚੱਲਿਆ ਉਹ ਚੱਲਿਆ ਕਿਸੇ ਹੋਰ ਲਈ ਸੀ ਇੱਥੇ ਜੇਮਿਆਂ 'ਚ ਕੁਛ ਹੋਰ ਜੀ ਰੋਜ਼ ਡੈਸਟੀਨ ਚੇਂਜ ਹੋ ਜਾਂਦੀ ਕਿਉਂਕਿ ਸੋਚ ਕੁਛ ਹੋ ਜਾਂਦੀ ਬਿਲਕੁਲ ਠੀਕ ਹੈ ਟੋਟਲੀ ਤੁਸੀਂ ਉੱਥੋਂ ਉਤਰਦੇ ਹੋ ਕਿ ਹਾਂ ਜੀ ਇੱਕ ਬੰਦਾ ਸ਼ਹਿਰੀ ਜੀ ਗਏ ਨੇ ਉਹ ਵਧੀਆ ਗੱਡੀ 'ਚ ਉਤਰੇ ਨੇ ਉੱਥੇ ਉਹਨੇ ਦੂਜੇ ਉੱਥੇ ਹੋਰ ਕੁੜੀ ਉਹਦੀ ਸੱਲੀਆਂ ਨੇ ਕਹਿਣਾ ਵੀ ਓਕੇ ਮੈਂ ਵੀ ਜਾਣਾ ਮੈਂ ਵੀ ਆਉਣਾ ਪਰ ਉਹਨੂੰ ਇੰਨਾ ਨਹੀਂ ਪਤਾ ਕਿ ਵੀ ਅਮੈਰੀਕਾ ਜਾਣਾ ਔਖਾ ਜੀ ਉੱਥੇ ਜਾ ਕੇ ਸਟਰਗਲ ਕਰਨਾ ਸ਼ਹਿਰੀ ਬਣਨਾ ਕਿੰਨਾ ਔਖਾ ਵਾ ਉਹ ਕਿਉਂਕਿ ਟੇਬਲ ਤੇ ਐਗਜ਼ਾਮਪਲ ਦੇ ਦਿੱਤਾ ਇਹਨਾਂ ਨੇ ਚਲੋ ਇੱਥੇ ਗੱਲ ਮੁਕਾਉਂਦੇ ਨਹੀਂ ਤਾਂ ਫਿਰ ਲੱਗੇਗਾ ਕਿ ਪਤਾ ਨਹੀਂ ਕੋਈ ਆਪਸ 'ਚ ਇਹਨਾਂ ਨੇ ਇੱਕ ਦੂਜੇ ਨੂੰ ਪ੍ਰਮੋਟ ਕਰਨਾ ਹੈਗਾ ਜਲਸਾ ਬਹੁਤ ਵਧੀਆ ਗੱਲਾਂ ਬਾਤਾਂ ਹੋ ਰਹੀਆਂ ਨੇ ਆਪਾਂ ਵਾਰਿਸ ਜੀ ਦੇ ਗਾਣੇ ਦੀ ਗੱਲ ਕਰ ਰਹੇ ਸੀ ਮਨਮੋਹਨ ਵਾਰਿਸ ਜੀ ਦੀ ਜੀ ਨਹੀਂ ਚਲਾ ਸਕਦੇ ਚਲਾਵਾਂਗੇ ਪਰ ਬ੍ਰੇਕ ਤੋਂ ਬਾਅਦ ਅੱਛਾ मैच अच्छी ये क्या आज खाने में राइस हमारी हेल्थ की कोई फिक्र ही नहीं फिक्र है इसीलिए राइस नहीं लक्ष्मी ब्राउन बासमती राइस है लक्ष्मी ब्राउन बासमती राइस हाँ पापा ये देखिए इसे खाने के कितने सारे हेल्थ बेनिफिट्स हैं लक्ष्मी ब्राउन बासमती राइस है डाइजेशन के लिए आसान इसमें कोलेस्ट्रॉल नहीं टाइप 2 डायबिटीज के लिए हेल्दी है और पता है इसमें हाई प्रोटीन कंटेंट विटामिन बी और हाई फाइबर भी है ये है आपके सेहत का सिक्सम मैं भी हफ्ते में 3 या 4 बार खाती हूँ और अब हम भी लक्ष्मी ब्राउन बासमती राइस स्वाद भी सेहत भी हाथों की अपनी दास्तां होती है कभी सृष्टि तो कभी विनाश ये देखती है कभी ये सहारा तो कभी विश्वास सदियों से ये खिलाए पीढ़ियों को निवाला और हर निवाले में हो शक्ति भोग आटा जब हाथों से खिलानी है दो वक्त की रोटी तो वो जरूर हो शक्ति भोग आटे से बनी अपने देश का नंबर वन आटा वी साइंस जो करते हैं पूरी तुहाड़ी हर तरह दी प्रिंटिंग नी जिवें साइंस बैनर्स अवार्ड टी शर्ट एंड मेनी मोर नाल ही डिजाइन किए जाते हैं कस्टम बिजनेस कार्ड एक करते हैं फ्लैग्स से साइंस की शिपिंग ऑल 48 स्टेट्स विच होर जानकारी लिए कॉल करो
Plasma Records and Rajveer Entertainment present Three Brothers, Three Stars, One Great Show, Punjabi Virsa 2014 USA, April 11th, Milwaukee, April 12th, New Jersey, April 13th, New York, April 19th, Plano, Texas, April 26th, Michigan. For more info, call 718-610-9799, 310-691-9218, Punjabi Virsa 2014, USA. एब्सोल्युटली सो मिक्की जी ने पूछा सानू बहुत वधिया सवाल मिक्की जी एक बार फिर सवाल पूछ दियो क्योंकि तुसी बन सकते हो साडे कॉलर खास कॉलर और जीत सकते हो ओ स्पेशल गिफ्ट जिसका कि मौका जिस दे नाल मिलेगा इना सिंगर्स दे नाल बैठ के रूबरू होने का और डिनर करन दा सो की सवाल पूछा सी मिक्की जी पूछ लो एक बार फिर मैं क्या सी कि तुसी इहदे विच कितना इस गल नाल सहमत होंदे हो कि रब ने गला बड़ा सोच समझ के दिमाग और दिल दे विचकार बनाया है ताकि तुसी दिमाग नाल सुथरा और सुच्चा और दिल नाल अच्छा और रागा वाला गा सको ब्यूटीफुल वेरी नाइस वेरी नाइस आपकी पहला भी ब्रेक भी गल हुई है जी कि तुसी बहुत ही मतलब ਪੁੱਛਿਆ ਨਹੀਂ ਤਾਂ ਆਮ ਤੌਰ ਤੇ ਹੁੰਦੇ ਆ ਕਿ ਜੀ ਕੀ ਹੋਇਆ ਸੀ ਕਦੋਂ ਨਹੀਂ ਮਿੱਕੀ ਜੀ ਦੀ ਇੱਕ ਸਿਫਤ ਹੈਗੀ ਆ ਮਿੱਕੀ ਜੀ ਨੇ ਗੱਲ ਇੱਕਦਮ ਬੈਲੈਂਸਡ ਗੱਲ ਕਰਨੀ ਹੈ ਕੋਈ ਐ ਨਹੀਂ ਕਿ ਕੋਈ ਮਤਲਬ ਆਊਟ ਆਫ ਦ ਟਰੈਕ ਹੈਗੀ ਆ ਨਹੀਂ ਮਿੱਕੀ ਜੀ ਐਜ਼ ਅ ਪਰਸਨ ਵੀ ਮੈਂ ਮਿਲੀ ਆ ਤੁਹਾਨੂੰ ਯੂ ਆਰ ਵੈਰੀ ਵੈਰੀ ਨਾਈਸ ਪਰਸਨ ਹਾਂਜੀ ਤੁਹਾਡੇ ਜਿਹੜਾ ਸਵਾਲ ਆ ਉਹ ਬਹੁਤ ਹੀ ਵਧੀਆ ਲੱਗਿਆ ਦਿਲ ਨੂੰ ਖੁਸ਼ੀ ਹੋਈ ਤੁਸੀਂ ਇਹ ਗੱਲ ਪੁੱਛੀ ਪਰ ਜਿਹੜੀ ਵਾਰਸ ਭਾਜੀ ਨੇ ਕਮਲ ਲਈ ਸੰਤਾਰ ਭਾਜੀ ਉਹਨਾਂ ਨੇ ਸ਼ੇਰੀ ਕੀਤੀ ਆ ਜਾਂ ਗਾਇਆ ਵਾ ਉਹਨਾਂ ਨੇ ਹਮੇਸ਼ਾ ਹੀ ਇੱਕ ਸੱਚਾ ਸੁੱਚਾ ਮੈਸੇਜ ਦਿੱਤਾ ਕਿਉਂਕਿ ਉਹ ਮੈਸੇਜ ਨੂੰ ਸੁਣ ਔਰ ਇਹ ਮਿੱਕੀ ਜੀ ਦੀ ਗੱਲ ਟੁੱਕਦੀ ਹੈ ਹਾਂਜੀ ਹਾਂਜੀ ਇਹਨਾਂ ਤਿੰਨਾਂ ਭਰਾਵਾਂ ਤੇ ਮਿੱਕੀ ਜੀ ਕੀ ਖਿਆਲ ਹੈ ਤੁਹਾਡਾ ਹਾਂ ਬਹੁਤ ਅੱਛਾ ਗੱਲ ਹੈ ਉਦਾਸ ਮਾਨ ਤੋਂ ਬਾਅਦ ਇਹ ਨੈਕਸਟ ਵਾਰਿਸ ਨੇ ਸਾਡੀ ਪੰਜਾਬੀ ਕਲਚਰ ਵਾਕੀ ਥੈਂਕ ਯੂ ਜੀ ਥੈਂਕ ਯੂ ਤੋਂ ਸਿੰਘ ਇੰਨਾ ਮਾਣ ਦਿੱਤਾ ਸਾਡੀ ਟੀਮ ਨੂੰ ਜੀ ਰੀਲੀ ਅਪਰੀਸ਼ੀਏਟ ਕਰ ਰਹੇ ਥੈਂਕ ਯੂ ਮਿੱਕੀ ਜੀ ਕੰਮ ਕਰ ਰਹੇ ਹੋ ਕੀਪ ਅਪ ਦ ਗੁੱਡ ਵਰਕ ਥੈਂਕ ਯੂ ਗਾਣਿਆਂ ਦੀ ਗੱਲ ਹੋ ਰਹੀ ਹੈ ਸੁਣਵਾ ਦਈਏ ਦਰਸ਼ਕਾਂ ਨੂੰ ਵਾਰਿਸ ਜੀ ਦਾ ਜਿਹੜਾ ਗੀਤ ਹੈਗਾ ਜਿੰਦੇ ਨੇ ਜਿੰਦੇ ਅਸੀਂ ਜ਼ਖਮੀ ਪਰਿੰਦੇ ਅਸੀਂ
ਸ੍ਰੀ ਅਕਾਲ ਜੀ ਹਾਂਜੀ ਸ਼ੈਲੀ ਜੀ ਮੈਂ ਜਾਲ ਜੀ ਨੂੰ ਕੁਝ ਪੁੱਛ ਸਕਦੀ ਹਾਂ ਜੇ ਸਾਡੀ ਉਹ ਮਦਦ ਕਰ ਸਕਣ ਹਾਂਜੀ ਰਮਨ ਜੀ ਹਾਂਜੀ ਜ਼ਰੂਰ ਹਾਂਜੀ ਜਾਲ ਜੀ ਮੇਰਾ ਬੇਟਾ 18 ਸਾਲ ਦਾ ਉਹ ਰੈਪ ਕਰਦਾ ਆਪ ਹੀ ਲਿਖਦਾ ਤੇ ਰੈਪ ਬਹੁਤ ਵਧੀਆ ਕਰਦਾ ਸਾਡਾ ਨਾ ਕਿਸੇ ਸਿੰਗਰ ਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਤੇ ਜੇ ਤੁਹਾਡੇ ਕੋਲ ਕੋਈ ਸਿੰਗਰ ਤੁਹਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਜੇ ਤੁਸੀਂ ਇਸ ਵਿੱਚ ਸਾਡੀ ਮਦਦ ਕਰ ਸਕੋ ਜ਼ਰੂਰ ਜੀ ਤੁਸੀਂ ਫੋਨ ਨੰਬਰ ਮੇਰਾ ਟੀਵੀ ਤੇ ਆਉਂਦਾ ਫੋਨ ਨੰਬਰ ਲਿਖ ਲਓ ਰਮਨ ਭੈਣ ਜੀ ਹਾਂਜੀ ਹਾਂਜੀ ਤੁਸੀਂ ਪਲੀਜ਼ ਮੈਨੂੰ ਫੋਨ ਨੰਬਰ ਸ਼ੋਅ ਕਰਿਓ ਨਾ ਆਪਣੀ ਸਕਰੀਨ ਤੇ ਪਲੀਜ਼ ਹਾਂਜੀ ਗਾਇਸ ਪਲੀਜ਼ ਕਰ ਦਿਓ ਆ ਰਿਹਾ ਜੀ ਹਾਂਜੀ ਨੰਬਰ ਆ ਰਿਹਾ ਨੰਬਰ ਤੁਹਾਨੂੰ ਬੋਲ ਕੇ ਦੱਸ ਦਿੰਦੇ 718-610-9799 ਰਮਨ ਜੀ ਕੰਮ ਕਰੋ ਨਾ ਤੁਸੀਂ ਉਸਦਾ ਵੀਡੀਓ ਬਣਾ ਕੇ ਮੇਲ ਤੇ ਭੇਜੋ ਇਹਨਾਂ ਨੂੰ ਵੀ ਭੇਜੋ ਠੀਕ ਹੈ ਓਕੇ ਜੀ ਓਕੇ ਤਾਂ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦੀ ਕਿ ਤੁਹਾਡਾ ਆਪਣਾ ਸ਼ੋਅ ਹੈਗਾ ਆਪਣਾ ਪ੍ਰੋਗਰਾਮ ਹੈਗਾ ਹੁਣ ਰਮਨ ਜੀ ਦੇ ਨਾਲ ਗੱਲ ਹੋਈ ਮਿੱਕੀ ਜੀ ਦੇ ਨਾਲ ਗੱਲ ਹੋਈ ਜੀ ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਕੌਣ ਗੱਲ ਕਰ ਰਹੇ ਹੋ ਹਾਂਜੀ ਅਸੀਂ ਤੁਹਾਡੇ ਸਰੋਤੇ ਗੱਲ ਕਰ ਰਹੇ ਹਾਂ ਜੀ ਸੱਚੇ ਜਾਈਏ ਜੀ ਸਰੋਤਿਆਂ ਦੇ ਵਾਰੀ ਵਾਰੀ ਜਾਈਏ ਹਾਂਜੀ ਜੀ ਕੀ ਹਾਲ ਹੈ ਜੀ ਬਿਲਕੁਲ ਠੀਕ ਠਾਕ ਜੀ ਹਾਂਜੀ ਤੁਸੀਂ ਕੌਣ ਬੋਲਦੇ ਅਜੀ ਤੁਸੀਂ ਕਿਹਨਾਂ ਦੇ ਨਾਲ ਗੱਲ ਕਰਨੀ ਹੈ ਫਿਲਹਾਲ ਮੈਂ ਸ਼ੈਰੀ ਦਿੱਤਾ ਬੋਲ ਰਹੀ ਹਾਂ ਔਰ ਲਖਵੀਰ ਜੋਲ ਜੀ ਮੇਰੇ ਨਾਲ ਹੈਗੇ ਆ ਹਾਂਜੀ ਹਾਂਜੀ ਤੁਹਾਡਾ ਸ਼ੋਅ ਹੀ ਦੇਖ ਰਹੀ ਸੀ ਨਾ ਜੀ ਸਤਿ ਸ਼੍ਰੀ ਅਕਾਲ ਸ਼ੈਰੀ ਦਿੱਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ 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 ਮੈਂ ਅੱਜ ਪਹਿਲੀ ਵਾਰੀ ਤੁਹਾਨੂੰ ਕਾਲ ਕੀਤੀ ਹੈ ਬਹੁਤ ਸ਼ੁਕਰੀਆ ਉਸ ਬਾਰੇ ਉਹਨਾਂ ਇਹਨਾਂ ਬ੍ਰਦਰਾਂ ਬਾਰੇ ਗੱਲ ਹੋ ਰਹੀ ਹੈ ਨਾ ਹਾਂਜੀ ਬਿਲਕੁਲ ਉਹਨਾਂ ਬਾਰੇ ਉਹਨਾਂ ਦੇ ਸ਼ੋਅਜ਼ ਬਾਰੇ ਟਿਕਟਾਂ ਬਾਰੇ ਜੋਲ ਸਾਹਿਬ ਖੁਦ ਆਏ ਨੇ ਗੱਲ ਦੱਸ ਰਹੇ ਹਾਂਜੀ ਹਾਂਜੀ ਮੇਰੇ ਉਹ ਫੇਵਰਟ ਸਿੰਗਰ ਨੇ ਮਨਮੋਹਨ ਵਾਰਿਸ ਜੀ ਐਂਡ ਮੈਂ ਉਹਨਾਂ ਨੂੰ ਬਹੁਤ ਬਹੁਤ ਵਧੀਆ ਮਤਲਬ ਬਹੁਤ ਉਹਨਾਂ ਦੀ ਮਤਲਬ ਕਿ ਉਹ ਮੇਰੇ ਫੇਵਰਟ ਨੇ ਥੈਂਕ ਯੂ ਮੈਂ ਦੇਖ ਰਹੀ ਸੀ ਕਿ ਮੈਂ ਕਿਹਾ ਸ਼ਾਇਦ ਚਲੋ ਮੌਕਾ ਮਿਲਿਆ ਤਾਂ ਫਿਰ ਜ਼ਰੂਰ ਸ਼ੋਅ ਦੇਖਾਂਗੇ ਉਹਨਾਂ ਦਾ ਨਾ ਸ਼ੋਅ ਸ਼ੋਅ ਜੀ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਫੋਨ ਤੇ ਗੱਲ ਕਰਿਓ ਤੁਸੀਂ ਆਪਣੀ ਫੋਟੋ ਨਾ ਦੇਖਿਓ ਕਿਉਂਕਿ ਤੁਸੀਂ ਕਨਫਿਊਜ਼ ਹੋ ਰਹੇ ਸੀ ਟੀਵੀ ਨਾਲ ਤੇ ਆਪਣੇ ਫੋਨ ਨਾਲ ਦੈਟਸ ਵਾਈ ਯੂ ਕਿਡਿੰਗ ਹਾਂਜੀ 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 ਮੈਂ ਨਾਲੇ ਸ਼ੋ ਵੀ ਦੇਖ ਰਹੀ ਸੀ ਤੇ ਜਦੋਂ ਵੀ ਕਰੀ ਸੀ ਵਾਕੇ ਬੰਦਾ ਕਨਫਿਊਜ਼ ਹੀ ਹੋ ਜਾਂਦਾ ਹਾਂ ਤੁਸੀਂ ਉੱਧਰ ਦੇਖ ਦਿਓ ਕਿ ਮੇਰੀ ਆਵਾਜ਼ ਪਹੁੰਚੀ ਕਿ ਨਹੀਂ ਪਹੁੰਚੀ ਮੈਂ ਹਮੇਸ਼ਾ ਕਹਿੰਨੀ ਆ ਕੋਈ ਗੱਲ ਨਹੀਂ ਹਮੇਸ਼ਾ ਹੀ ਜਦੋਂ ਵੀ ਗੱਲ ਕਰਨੀ ਆ ਤਾਂ ਟਰਨ ਕਰ ਲਓ ਬਾਅਦ ਚ ਰਿਕਾਰਡ ਕਰ ਲਿਓ ਅੱਜ ਕੱਲ ਦਾ ਡੀਵੀਆਰ ਹੈਗਾ ਤੁਸੀਂ ਪਲੇ ਬੈਕ ਕਰ ਸਕਦੇ ਹੋ ਚੱਲਦੇ ਨੂੰ ਰਿਵਰਸ ਕਰ ਸਕਦੇ ਹੋ ਐਵਰੀਬਾਡੀ ਹੈਜ਼ ਡੀਵੀਆਰ ਸੋ ਗੱਲ ਕਰੋ ਥੈਂਕ ਯੂ ਬੈਨ ਜੀ ਥੈਂਕ ਯੂ ਸੋ ਮੱਚ ਇਹ ਮਿੰਟ ਮਿੰਟ ਬਾਅਦ ਜਿਹੜਾ ਤੁਸੀਂ ਬ੍ਰੇਕ ਦਾ ਸਾਈਨ ਲੈ ਕੇ ਮੇਰੇ ਸਾਹਮਣੇ ਆ ਜਾਂਦੇ ਹੋ ਨਾ ਇਹ ਮੈਨੂੰ ਥੋੜਾ ਜਿਹਾ ਮਤਲਬ ਮੁਸ਼ਕਲ ਹੋ ਜਾਂਦਾ ਹੈ ਗੱਲਬਾਤ ਨੂੰ ਤੋੜ ਦਿੰਦੇ ਆ ਉਹਨਾਂ ਨਾਲ ਕਿਉਂਕਿ ਸਰੋਤਿਆਂ ਵਿੱਚ ਵੀ ਰੱਬ ਵਸਦਾ ਐਬਸੋਲੂਟਲੀ ਪਰ ਚਲੋ ਜੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਟਾਈਮ ਚੱਲਦਾ ਜਾਏਗਾ ਬ੍ਰੇਕਾਂ ਵੀ ਆਉਂਦੀਆਂ ਜਾਣਗੀਆਂ ਤੁਸੀਂ ਵੀ ਥੋੜਾ ਚਾਹ ਪਾਣੀ ਦਾ ਬ੍ਰੇਕ ਲੈ ਲਓ ਮਿਲਦੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ For all your legal matters, including immigration, bankruptcy and credit card problems, divorce and family law, landlord and tenant matters, criminal and personal injury, call Gahee and Associates for a free initial personal consultation at 718-263-5999. Jab koi baat bigad jaye, jab koi mushkil aa jaye, tab hum aapka saath denge. Anytime you have a complex immigration matter, remember, main hoon na. ਕਬੱਡੀ ਫੈਡਰੇਸ਼ਨ USA ਵੱਲੋਂ ਕਬੱਡੀ ਸੀਜ਼ਨ 2014 ਇਹ ਕਬੱਡੀ ਸੀਜ਼ਨ ਸਮਰਪਿਤ ਹੈ ਸ਼ਹੀਦ ਭਗਤ ਸਿੰਘ ਜੀ ਦੀ ਕੁਰਬਾਨੀ ਨੂੰ ਮੁੜ ਕੇ ਆ ਜਾ ਵੀਰ ਆਵੇ ਅਰਦਾਸ ਹੀ ਨਿਤ ਕਰਦਾ
शहीद भगत सिंह स्पोर्ट्स क्लब फिरचनो कैलिफोर्निया, शहीद उधम सिंह स्पोर्ट्स क्लब सिल्मा कैलिफोर्निया, समूह कबड्डी खेड प्रेमिया, समूह कबड्डी क्लब व समूह जत्थेबंदियां ते सारियां ही सियासी पार्टियां दे सहयोग नाल इंटरनेशनल कबड्डी कप 2014 सनीसाइड हाई स्कूल फिरचनो कैलिफोर्निया दियां खुलियां ग्राउंडां विच दिन एतवार मिति 6 अप्रैल 2014 नूं करवाया जा रहा है। स्पोर्ट्स प्रेमिया ने कबड्डी मैचा दे नाल नाल दो रोजा वालीबाल, बास्केटबॉल, फुटबॉल दे मैच भी होंगे। मैचा दे कमेंट्री करन लई पहुंच रहे ने प्रोफेसर मक्कन सिंह हकीमपुरी अते स्टेज संचालन करेंगे बीबी आशा शर्मा जी। गुरु दा लंगर अटूट वर्तेगा, सिक्योरिटी दा खास प्रबंध होवेगा, बीबियां बच्चियां दे बैठन लई खास प्रबंध कीते जाणगे। समुची कमेटी वल्लों सारे ही खेल प्रेमिया अगे बेनती है कि कोई भी व्यक्ति शराब पी के स्कूल दी ग्राउंड अंदर दाखल ना होवे। पहुंचन लई पता है Sunnyside High School, Virchino, 1019 South Beach Avenue, Fresno, California. इस अंतरराष्ट्रीय कबड्डी कप 2014 का सीधा प्रसारण देखोगे सिर्फ कैट पंजाबी उते। और जानकारी लिए हेठ लिखे नंबर उते कॉल करो। स्वागत करता कैलिफोर्निया कबड्डी फेडरेशन यूएसए। ਪੰਜਾਬੀ ਭਰਾਵਾਂ ਦਾ ਟਰੱਕ ਡਰਾਈਵਿੰਗ ਸਕੂਲ ਮੋਡੈਸਟੋ ਕੈਲੀਫੋਰਨੀਆ ਵਿੱਚ ਲਾਇਸੈਂਸ 100% ਗਾਰੰਟੀ, ਰਿਹਾਇਸ਼ ਅਤੇ ਏਅਰਪੋਰਟ ਤੋਂ ਪਿਕਅਪ ਫ੍ਰੀ। ਕਾਲ ਕਰੋ ਅਵਤਾਰ ਸਿੰਘ ਚੱਠਾ ਨੂੰ 209-404-8480। ਨਾਮ ਹੈ ਤੁਹਾਡਾ? ਹਾਂਜੀ, ਮੇਰਾ ਨਾਮ ਮਨਜੀਤ ਆ। ਜੀ ਮਨਜੀਤ ਜੀ, ਹਾਂਜੀ। ਤੇ ਬਾਕੀ ਤੁਹਾਡਾ ਸ਼ੋ ਮੈਨੂੰ ਬਹੁਤ ਪਸੰਦ ਆ, ਕਿਉਂਕਿ ਤੁਸੀਂ ਹਰ ਵਾਰੀ ਘਰ ਬੈਠੇ ਸਾਨੂੰ ਕੁਝ ਨਾ ਕੁਝ ਨਵਾਂ ਦਿਖਾਉਂਦੇ, ਨਵਾਂ ਮਿਲਣ ਦਾ ਜਨਕੇ ਸਾਰਿਆਂ ਨਾਲ ਮਿਲਣਾ। ਬਾਕੀ ਅੱਜ ਤਾਂ ਮੈਂ ਜ਼ਿਆਦਾ ਖੁਸ਼ ਹਾਂ ਕਿਉਂਕਿ ਮੈਂ ਲਕੀਰ ਰੋਲ ਦੀ ਬਹੁਤ ਜ਼ਿਆਦਾ ਫੈਨ ਆ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਥੈਂਕ ਯੂ ਜੀ, ਥੈਂਕ ਯੂ। ਕਰਦੇ ਸੁਣ ਰਹੇ, ਗਲਤੀ ਕਿਉਂ ਹੋਏਗੀ? ਠੀਕ ਹੈ, ਬਾਕੀ ਇਨਸਾਨ ਹੈਗੇ ਆ, ਕੋਈ ਪਰਫੈਕਟ ਨਹੀਂ ਹੁੰਦਾ। ਹਾਂਜੀ, ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਇਹਨਾਂ ਨੂੰ ਕਿ ਇਸ ਸਾਲ ਜਿਹੜਾ ਸ਼ੋਅ ਕਰਵਾ ਰਹੇ ਹੈਗੇ ਆ ਵਿਰਸਾ 2014 ਪੰਜਾਬੀ ਵਿਰਸਾ, ਉਸ ਦੇ ਵਿੱਚ ਤੁਸੀਂ ਕੀ ਪਾਲਦੇ ਹੋ? ਹਾਂਜੀ, ਕਿਆ 14 April ਅਸੀਂ ਉਹ ਤਾਂ ਪਹੁੰਚਾਂਗੇ। ਠੀਕ ਹੈ, ਹਾਂਜੀ, ਪਲੀਜ਼ ਪਲੀਜ਼ ਜੀ। ਤੇ ਬਾਕੀ ਮੈਂ ਇਹ ਕਹਿੰਦੀ ਹਾਂ ਕਿ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਵਖੇ, ਏਦਾਂ ਹੀ ਸਾਰਿਆਂ ਦੀ ਸੇਵਾ ਕਰਦੇ ਰਹਿਣ। ਥੈਂਕ ਯੂ, ਸੋ ਸਵੀਟ ਆਫ ਯੂ। ਪਿਆਰ ਆ ਸਾਰਿਆਂ ਦਾ, ਕੋਸ਼ਿਸ਼ ਕਰੀਦੀ ਹਮੇਸ਼ਾ ਹੀ ਕਿ ਵੀ ਵਧੀਆ ਤੋਂ ਵਧੀਆ ਕੰਮ ਕਰੀਏ। ਜੇ ਤੁਸੀਂ ਇੰਨਾ ਪਿਆਰ ਦੀ, ਥੈਂਕ ਯੂ ਜੀ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਓਕੇ ਜੀ, ਗੋਡ ਬਲੈਸ ਯੂ। ਲਓ ਜੀ, ਜਲਸਾ ਲਾਈਵ ਪ੍ਰੋਗਰਾਮ ਤੇ ਤੁਹਾਨੂੰ ਮਿਲ ਰਹੀਆਂ ਨੇ ਮੁਬਾਰਕਾਂ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਤੇ ਗਿੱਤ ਪੰਜਾਬੀ ਦਾ ਕਿ ਤੁਸੀਂ ਇੰਨੇ ਚੰਗੇ ਚੰਗੇ ਸ਼ਰੋਤਿਆਂ ਨਾਲ ਮਿਲਾ ਦਿੰਦੇ ਹੋ, ਤੇ ਅੱਜ ਫਿਰ ਰੋਟੀ ਦੀ ਭੁੱਖ ਤਾਂ ਖਤਮ ਕਰਤੀ ਇਹਨਾਂ ਨੇ ਇੰਨਾ ਪਿਆਰ ਦੇ ਕੇ। ਕੀ ਹਾਲ ਹੁੰਦਾ ਹੋਏਗਾ ਕਿ ਜਦੋਂ ਤੁਸੀਂ ਸਾਰੇ ਆਪਣੀਆਂ ਤਾੜੀਆਂ ਦੇ ਨਾਲ ਆਪਣੀ ਇੱਕ ਬੁਲੰਦ ਜਿਹੜੇ ਹੁੰਦੇ ਨਾ ਵੀ ਉਹਨਾਂ ਨੂੰ ਤੁਸੀਂ ਹੱਲਾ ਸ਼ੇਰੀ ਦੇ ਰਹੇ ਹੋ ਔਰ ਤੁਸੀਂ ਉਹਨਾਂ ਨੂੰ ਡਿਮਾਂਡ ਕਰ ਰਹੇ ਹੋ ਵਾਲਾ ਗਾਣਾ ਸੁਣਾਓ, ਤੇ ਉਹ ਸਿੰਗਰਸ ਕਿੰਨੇ ਫੁੱਲ ਕੇ ਕੁੱਪਾ ਹੋ ਜਾਂਦੇ ਹੋਣੇ ਆ ਕਿ ਵਾਹ। ਨਹੀਂ, ਉਹ ਇੱਕ ਜਦੋਂ ਉਹ ਸਟੇਜ ਹੁੰਦੀ ਹੈ ਨਾ, ਸਟੇਜ ਦੇ ਵਿੱਚ ਤੁਸੀਂ ਦੇਖੋਗੇ ਜਿਸ ਸਿੰਗਰ ਨੂੰ ਗਾਉਣਾ ਹੁੰਦਾ ਨਾ, ਉਹ ਗਾਉਂਦਾ ਉਸ ਮਾਲਕ ਦੀ ਰਜ਼ਾ ਨਾਲ, ਉਹਦੇ ਨਾਲ ਧਿਆਨ ਜੋੜਨ ਦੀ ਕੋਸ਼ਿਸ਼ ਕਰਦਾ ਤੁਸੀਂ। ਜਦੋਂ ਫਿਰ ਇਹ ਹੁੰਦੀ ਹੈ ਕਿ ਵੀ ਜਦੋਂ ਪੰਜਾਬੀ ਵਿਰਸਾ ਚੱਲਦਾ ਵਾ, ਜੇ ਤੁਸੀਂ ਕਹਿ ਦਿਓ ਕਿ ਵੀ ਕੋਈ ਲੋਕ ਉੱਥੇ ਬੋਲ ਜੂਗਾ ਜਾਂ ਰੌਲਾ ਪਾਲੂਗਾ, ਉਹ ਸਾਊਂਡ ਬੰਦ ਕਰ ਲੈਂਦੇ। ਉਹ ਕਹਿੰਦੇ ਵੀ ਨਹੀਂ, ਆਹ ਜਿਹੜੇ ਬੈਠੇ ਨੇ ਇਹਨਾਂ ਨੇ ਸਾਨੂੰ ਖਰੀਦਿਆ ਹੋਇਆ, ਅੱਜ ਅਸੀਂ ਔਰ ਸਾਨੂੰ ਇਹਨਾਂ ਨਾਲ ਅਤੇ ਉਸ ਮਾਲਕ ਨਾਲ ਹੋ ਲੈਣ ਦੋ ਸਿੱਧੇ। ਸੋ ਫਿਰ ਵਾਰਸ ਭਰਾਵਾਂ ਦਾ ਹੁੰਦਾ ਕਿ ਵੀ ਨਾ ਇਹ ਸੀਟੀ ਵੱਜਣ ਦਿੰਦੇ ਆ ਹਾਲ 'ਚ, ਅਤੇ ਨਾ ਰੌਲਾ ਰੱਪਾ, ਅਤੇ ਫਿਰ ਇਹ ਮਸਤੀ 'ਚ ਨੱਚਦਾ ਕਮਲ ਭਾਜੀ ਵੀ, ਸੰਕਾਰ ਵੀ, ਅਤੇ ਵਾਰਸ ਭਾਜੀ ਦਾ ਫਿਰ ਸਹਿ ਤੋੜ ਜਾਂਦੇ। ਵਾਕਈ ਵਾਕਈ ਐਕਸਾਈਟਮੈਂਟ ਜਿਹੜੀ ਹੈਗੀ ਆ ਸ਼ੁਰੂ ਹੋ ਚੁੱਕੀ ਹੈ। ਅੱਛਾ, ਜਾਲ ਸਾਹਿਬ ਜੀ ਨੇ ਇੱਕ ਪ੍ਰੋਮਿਸ ਕਰਤਾ ਹੈ ਕਿ ਜੋ ਕਾਲਰ ਸਭ ਤੋਂ ਵਧੀਆ ਜਿਨ੍ਹਾਂ ਦਾ ਸਵਾਲ ਹੋਏਗਾ ਔਰ ਉਹਨਾਂ ਨੂੰ ਮੌਕਾ ਦਿੱਤਾ ਜਾਏਗਾ ਸਿੰਗਰਸ ਦੇ ਨਾਲ ਬੈਠ ਕੇ ਰਾਬਤਾ ਕਾਇਮ ਕਰਨ ਦਾ, ਡਿਨਰ ਕਰਨ ਦਾ, ਔਰ ਉਹ ਸਿੰਗਰ ਅਸੀਂ ਚੁਣਾਂਗੇ। ਚੌਲ ਸਾਹਿਬ ਨੂੰ ਆਪ ਅਸੀਂ ਦੱਸਾਂਗੇ ਕਿ ਇਹ ਸਿੰਗਰ ਨੇ ਇਹ ਸਵਾਲ ਕੀਤਾ। 14 ਤਰੀਕ ਤੱਕ ਸਾਡੇ ਕੋਲ ਮੌਕਾ ਹੈਗਾ, ਟਾਈਮ ਹੈਗਾ, 11 April ਨੂੰ ਤੇ ਮਿਲਵਾਕੀ ਸ਼ੋਅ ਹੈਗਾ, ਰਾਈਟ? ਪਰ ਮੈਂ ਗੱਲ ਕਰ ਰਹੀ ਹਾਂ ਕਿ ਇੱਥੇ ਨਿਊਯਾਰਕ ਵਿਖੇ, ਨਿਊਯਾਰਕ 'ਚ ਵਾਰਸ ਭਾਜੀ ਹੋਣਾਂ ਨੇ ਆ ਜਾਣਾ ਸਾਡੇ ਕੋਲ ਪਹਿਲਾਂ, ਕਮਲ ਭਾਜੀ ਹੋਣਾਂ ਨੇ ਵੀ, ਅਸੀਂ ਉਹ ਵੀ ਸਰੋਤਿਆਂ ਨੂੰ ਰੂਬਰੂ ਲੈ ਕੇ ਆਵਾਂਗੇ। ਉਹ 7 ਤਰੀਕ ਨੂੰ ਆ ਰਹੇ ਆ, ਪਰ ਹਜੇ ਟਾਈਮਿੰਗ ਨਹੀਂ ਹੋਈ। ਹਾਂ, ਠੀਕ ਹੈ, ਵੀ ਵਿਲ ਬਿਟਵੀਨ 7 ਟੂ 10। ਬਿਲਕੁਲ ਠੀਕ ਹੈ,
ਅਸੀਂ ਕਿਸੇ ਦਿਨ ਵੀ ਆਵਾਂਗੇ ਤੇ ਲਾਈਵ ਕਰਾਂਗੇ ਗੈਟ ਪੰਜਾਬੀ ਦੇ ਸਾਰੇ ਸੋਰਸ ਤੇ। ਔਰ ਜਲ ਸਾਹਿਬ ਹੁਣੇ ਹੀ ਲਾਈਵ ਪ੍ਰੋਗਰਾਮ ਤੇ ਹੀ ਦੱਸ ਦਿੱਤਾ ਜਾਏ ਕਿ ਸਾਨੂੰ ਕੀ ਡਿਸਕਾਊਂਟ ਹੈ ਔਰ ਸਾਡੀਆਂ ਕੀ ਟਿਕਟਾਂ ਨੇ। ਸੋ ਬਾਅਦ ਦੇ ਵਿੱਚ ਸਾਨੂੰ ਮੌਕਾ ਨਹੀਂ ਦਿੱਤਾ ਜਾਏਗਾ, ਮਿਲੇਗਾ ਵੀ ਨਹੀਂ ਐਨੀਵੇ। ਜਿਹੜੀ ਡਿਸਕਾਊਂਟ ਵਾਲੀ ਗੱਲ ਆ ਉਹ ਆਪਣਾ ਬਾਜ਼ਾਰ ਨੇ ਲੋੜ ਤੋਂ ਵੱਧ ਕੀਤਾ ਹੋਇਆ ਵਾ। ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਜਿਹੜੇ ਵੀ ਇਹ ਨਹੀਂ ਮੇਰਾ ਸ਼ੋਅ ਆ, ਕਿਸੇ ਵੀ ਸ਼ੋਅ ਨੂੰ ਜੋ ਵੀ ਮਤਲਬ ਸਪੋਰਟ ਕਰਦਾ ਰੱਬ ਉਹਨਾਂ ਦੀ। ਪੈਸਾ ਕਮਾ ਲੈਣਾ ਤੇ ਪੈਸੇ ਨੂੰ ਖਰਚਣਾ ਕਿਸੇ ਕਿਸੇ ਨੂੰ ਆਉਂਦਾ ਹੁੰਦਾ ਵਾ, ਔਰ ਉਹ ਪੈਸਾ ਕਮਾ ਕੇ ਲੋਕਾਂ ਨੂੰ ਰਾਜ਼ੀ ਰੱਖਣਾ। ਹਾਂਜੀ, ਉਹ ਲੋਕਾਂ 'ਚ ਵਿਚਰਦੇ ਨੇ, ਉਹ ਲੋਕਾਂ 'ਚ ਵਿਚਰਦੇ ਨੇ। ਉਹ ਕਹਿੰਦੇ ਵੀ ਚਲੋ ਸਾਡੇ ਜ਼ਰੀਏ, ਕਿਉਂਕਿ ਉਸ ਕਿਸੇ ਬੰਦੇ ਨੇ ਅਰਦਾਸ ਕੀਤੀ ਸੀ ਕਿ ਵੀ ਮੈਂ ਕੁਛ ਲੈ ਲਵਾਂ ਰੱਬਾ ਤੇਤੋਂ। ਉਹ ਕਹਿੰਦਾ ਵੀ ਰੱਬ ਤਾਂ ਉਹ ਆ ਕਿ ਵੀ ਤੈਨੂੰ ਵੰਡਣ ਲਾ ਦੂਗਾ। ਸੋ ਜਦੋਂ ਮਾਲਕ ਮਿਹਰ ਕਰ ਦਿੰਦਾ ਤਾਂ ਤੁਸੀਂ ਉਹ ਵੋਚਰ ਜਿਹੜੇ ਉਹ ਤੁਹਾਨੂੰ ਦੇ ਦਿੰਦਾ, ਤੁਸੀਂ ਅਗਾਹ ਸਾਈਨ ਕਰਕੇ ਦੇਣ ਲੱਗ ਜਾਂਦੇ ਹੋ। ਸੋ ਮਾਲਕ ਦੀ ਮਿਹਰ ਹੁੰਦੀ ਹੈ ਇਨਸਾਨ ਦੇ ਚੰਗੇ। ਲੇਕਿਨ ਹੈਰੀ ਭਾਅ ਜੀ ਅਪੋਲੋ ਪ੍ਰੋਡਕਸ਼ਨ ਤੋਂ, ਉਹ ਸਾਡੇ ਹਮੇਸ਼ਾ ਹੀ ਬਿਗ ਸਪੋਂਸਰਸ ਰਹਿੰਦੇ ਨੇ। ਇਜ਼ ਵੈਰੀ ਹੰਬਲ, ਲਾਈਕ ਉਹ ਮਾਲਕ ਗੈਸ ਦੇ ਉਹ ਕਿੰਗ ਨੇ ਜੀ, ਯੂ ਨੋ। ਸੋ ਇਜ਼ ਵੈਰੀ ਹੰਬਲ ਗਾਇ, ਲਾਈਕ ਤੁਸੀਂ ਮਿਲੋ ਉਹਨਾਂ ਦੀ, ਜਦੋਂ ਬੈਠਣ ਦਾ ਮੌਕਾ ਮਿਲਦਾ ਉਹਨਾਂ ਇਨਸਾਨਾਂ ਨਾਲ ਕਿ ਵੀ ਇੱਡੀਆਂ ਸੋਟਾਂ ਮਿਲਦੇ ਨੇ, ਟਾਈਮ ਨਹੀਂ ਹੁੰਦਾ ਉਹਨਾਂ ਕੋਲ, ਪਰ ਫਿਰ ਵੀ ਉਹ ਸਾਨੂੰ ਕਹਿੰਦੇ ਵੀ ਨੋ ਲਕੀ ਕੰਮ ਸੇ ਟਾਕ। ਉਸ ਚੀਜ਼ ਨੂੰ ਬੜਾ ਮਾਣ ਮਹਿਸੂਸ ਕਰੀਦਾ ਕਿ ਵੀ ਬਿਲਕੁਲ ਇੰਨੇ ਇੰਨੇ ਵੱਡੇ ਬੰਦਿਆਂ ਨਾਲ ਰੱਬ ਮਿਲਾਉਂਦਾ ਅਤੇ ਉਹਨਾਂ ਤੋਂ ਕੁਛ ਸਿੱਖੀਦਾ ਵਾ। ਵਾਕਈ ਪਿਆਰੇ ਦਰਸ਼ਕੋ, ਲਖਵੀਰ ਜੌਹਲ ਜੀ ਜਿਨ੍ਹਾਂ ਦੇ ਵੱਲੋਂ ਰਾਜਵੀਰ ਐਂਟਰਟੇਨਮੈਂਟ ਜਿਨ੍ਹਾਂ ਦੀ ਕੰਪਨੀ ਹੈ, ਇਸ ਸਾਲ ਟੂਰ ਸ਼ੁਰੂ ਹੋਣ ਜਾ ਰਿਹਾ ਪੰਜਾਬੀ ਵਿਰਸਾ, ਮਲਵਾਕੀ ਸ਼ਹਿਰ ਤੋਂ ਟੂਰ ਸ਼ੁਰੂ ਹੋਏਗਾ। ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ ਬਹੁਤ ਜਲਦੀ, ਜਦੋਂ ਹੀ ਸਿੰਗਰਸ ਇੱਥੇ ਪਹੁੰਚ ਜਾਣਗੇ। ਤੁਹਾਡੇ ਅਤੇ ਮੇਰੇ ਸਾਰਿਆਂ ਦੇ ਮਨਪਸੰਦ ਕਮਲਹੀਰ ਜੀ, ਮਨਮੋਹਨ ਵਾਰਿਸ ਜੀ ਅਤੇ ਸੰਗਤਾਰ ਜੀ, ਤਿੰਨੋਂ ਭਰਾ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਇੱਕ ਉਹ ਸਾਫ਼ ਸੁਥਰਾ ਮੁਕਾਮ ਉਸ 'ਤੇ ਪਹੁੰਚਾਇਆ ਹੈਗਾ, ਜਿੱਥੇ ਕਿ ਹਰ ਸਿੰਗਰ ਨੂੰ ਮਸ਼ਹੂਰ ਹੋਣ ਵਾਸਤੇ ਬੜੇ ਸ਼ਾਰਟਕੱਟਸ ਅਪਣਾਉਣੇ ਪੈਂਦੇ ਨੇ। ਸੋ ਇਹਨਾਂ ਤਿੰਨਾਂ ਭਰਾਵਾਂ ਨੂੰ ਬਹੁਤ ਰੱਬ ਦੀ ਦੇਣ ਹੈ ਕਿ ਇੱਕ ਭਰਾ ਮਿਊਜ਼ਿਕ ਕੰਪੋਜ਼ ਕਰਦਾ ਹੈ, ਇੱਕ ਉਸਨੂੰ ਪ੍ਰੋਡਿਊਸ ਕਰਦਾ ਹੈ, ਔਰ ਇੱਕ ਉਸਨੂੰ ਗਾਉਂਦਾ ਹੈਗਾ। ਤਿੰਨੋਂ ਫਿਰ ਜਦੋਂ ਸਟੇਜ 'ਤੇ ਚੜ੍ਹ ਕੇ ਉਸ ਗਾਇਕੀ ਦੇ ਨਾਲ ਰੱਬ ਦੇ ਨਾਲ ਜੁੜਦੇ ਆ, ਔਰ ਆਪਣੇ ਦਰਸ਼ਕਾਂ ਨਾਲ ਜੁੜਦੇ ਹੈਗੇ ਆ, ਸਰੋਤਿਆਂ ਨਾਲ ਜੁੜਦੇ ਹੈਗੇ ਆ, ਅਤੇ ਉਹ ਵੱਖਰਾ ਨਜ਼ਾਰਾ ਹੁੰਦਾ ਹੈ। ਸੋ ਸਾਰਿਆਂ ਦੇ ਨਾਲ ਮੁਲਾਕਾਤ ਸ਼ੋਅ ਦੇ ਦੌਰਾਨ ਤਾਂ ਹੋਏਗੀ ਹੋਏਗੀ। ਲਖਵੀਰ ਜੀ, ਜਾਂਦੇ ਜਾਂਦੇ ਦਰਸ਼ਕਾਂ ਨੂੰ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਪ੍ਰੋਗਰਾਮ ਵਿੱਚ? ਸਿਰਫ 2 ਮਿੰਟ। ਮੈਸੇਜ ਤਾਂ ਮੈਂ ਲੈਂਦੀ ਹਾਂ, ਮੈਂ ਸਿੱਖਦਾ ਹੀ ਹਾਂ ਹਮੇਸ਼ਾ, ਰੋਲ ਘਰੋਂ ਨਿਕਲੀ ਦਾ ਕੁਛ ਨਾ ਕੁਛ ਕੋਸ਼ਿਸ਼ ਕਰੀਦੀ ਆ ਕਿ ਇੱਕ ਲਫਜ਼ ਸਿੱਖ ਕੇ ਬਾਹਰੋਂ ਆ ਜਾਈਏ ਕੁਛ ਇੱਕ ਚੀਜ਼। ਤੋ ਮੈਸੇਜ ਤਾਂ ਨਹੀਂ ਮੈਂ ਦੇਣ ਯੋਗਾ ਹੈਗਾ, ਪਰ ਮੈਂ ਬੇਨਤੀ ਜ਼ਰੂਰ ਕਰ ਸਕਦਾ ਸਾਰਿਆਂ ਨੂੰ ਕਿ ਵੀ ਇਹ ਨਾ ਕਹੋ ਕਿ ਵੀ ਸਾਡਾ ਬੇਟਾ ਅੰਗਰੇਜ਼ੀ ਬੋਲਦਾ, ਪੰਜਾਬੀ ਨਹੀਂ ਬੋਲਦਾ, ਉਹਨੂੰ ਆਉਂਦੀ ਨਹੀਂ ਪੰਜਾਬੀ। ਉਹ ਪੰਜਾਬੀ ਤਾਂ ਆਊਗੀ ਜਦੋਂ ਤੁਸੀਂ ਕੰਮ ਤੋਂ ਕੰਮ ਕਰਦੇ ਹੋ 8 ਘੰਟੇ 10 ਘੰਟੇ, 1 ਘੰਟਾ ਤੁਸੀਂ ਉਹਦੇ ਨਾਲ ਸਪੈਂਡ ਕਰੋ। ਇੱਕ ਫਾਦਰ ਦੀ, ਮੈਂ ਵੀ ਫਾਦਰ ਹਾਂ, ਇਹ ਜ਼ਿੰਮੇਵਾਰੀ ਨਹੀਂ ਹੈਗੀ ਕਿ ਵੀ ਉਹਨੇ ਕੰਮ ਕਰਕੇ ਇਹ ਚੱਕ ਲਿਆ ਕੇ ਘਰੇ ਦੇ ਦੇਣਾ। ਉਹਦੀ ਜ਼ਿੰਮੇਵਾਰੀ ਇਹ ਆ ਕਿ ਉਹ ਆਪਣੇ ਬੱਚੇ ਨੂੰ ਟਾਈਮ ਕਿੰਨਾ ਦਿੰਦਾ। ਜੇ ਉਹ ਬੱਚਾ ਕੁਛ ਸਮੇਂ ਬਾਅਦ ਕਹਿੰਦੇ ਵੀ ਸਾਡਾ ਬੱਚਾ ਇੱਧਰ ਉੱਧਰ ਜਾਂਦਾ, ਇਟ ਮੀਨਜ਼ ਤੁਸੀਂ ਉਹਦਾ ਟਾਈਮ ਐਮਟੀ ਰੱਖਿਆ, ਉਹਨੇ ਉਹ ਸਪੇਸ ਕਿਤੇ ਹੋਰ ਜਾ ਕੇ ਐਡਜਸਟ ਕਰ ਲਿਆ। ਉਸ ਜਗ੍ਹਾ 'ਤੇ ਜਾ ਕੇ ਜਦੋਂ ਐਡਜਸਟ ਕਰ ਲੈਂਦਾ, ਉੱਥੋਂ ਵਾਪਸ ਲਿਆਉਣਾ ਉਹਨੂੰ ਬਹੁਤ ਮੁਸ਼ਕਲ ਹੁੰਦਾ। ਤਾਂ ਪਲੀਜ਼ ਮੇਰੀ ਰਿਕੁਐਸਟ ਆ ਕਿ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ, ਔਰ ਕੋਈ ਵੀ ਸ਼ੋਅ ਜਦੋਂ ਆਉਂਦਾ, ਟੂਰਨਾਮੈਂਟ ਹੁੰਦਾ ਜਾਂ ਕੁਛ ਵੀ ਧਾਰਮਿਕ ਸਾਡੇ ਚੀਜ਼ ਹੁੰਦੀ, ਤਾਂ ਉੱਥੇ ਪਲੀਜ਼ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਔਰ ਦੱਸੋ ਕਿ ਪੰਜਾਬੀ ਅਤੇ ਪੰਜਾਬੀਆਂ ਅਸੀਂ ਕੀ ਹਾਂ, ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ। ਬਿਲਕੁਲ ਠੀਕ ਜਲ ਸਾਹਿਬ, ਸਟੂਡੀਓ ਵਿੱਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਦਰਸ਼ਕ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਫੋਨ ਦੀ ਇੱਕ ਤਾਰ ਕਰ ਦੇਣਗੇ, ਸ਼ੁਰੂ ਲਾਈਨ ਹੋ ਜਾਏਗੀ। ਸਤਿ ਸ਼੍ਰੀ ਅਕਾਲ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰੇ।